ਔਰੰਗਜ਼ੇਬ ਦੀ ਜਿਹੜੀ ਹੈਗੀ ਉਹ ਬਿਲੀਫਿਕੇਸ਼ਨ ਨਹੀਂ ਹੁੰਦੀ ਹੈ ਇੰਡੀਆ ਦੇ ਵਿੱਚ ਖਾਸ ਤੌਰ ਤੇ ਪਈ ਇਹ ਬਹੁਤ ਇਦਾਂ ਦਾ ਹੋਇਆ ਹੈ ਜ਼ਾਲਮ ਰਾਜ ਜ਼ਾਲਮ ਰਾਜ ਆਇਆ ਔਰ ਉਨੇ ਉਹਦੇ ਵਿੱਚ ਇਹ ਸਾਰਾ ਹੀ ਦੱਸਿਆ ਜਾ ਕੇ ਜੀ ਵੀ ਇਹ ਜਿਹੜੀ ਔਰੰਗਜ਼ੇਬ ਦੀ ਬਿਲੀਫਿਕੇਸ਼ਨ ਕੈਂਪੇਨ ਸ਼ੁਰੂ ਹੋਈ ਆ ਇਹ ਮੁਗਲ ਰਾਜ ਤੋਂ ਬਾਅਦ ਅੰਗਰੇਜ਼ਾਂ ਦੇ ਟਾਈਮ 'ਚ ਸ਼ੁਰੂ ਹੋਈ ਆ ਕਿਸਵਲੇ ਰੰਗਦੇਵ ਨੂੰ ਇਸ ਦੇ ਬਿਲਨ ਦੇ ਤੌਰ ਤੇ ਪੇਸ਼ ਕੀਤਾ ਜਾਣ ਲੱਪਿਆ ਕਿਉਂਕਿ ਉਹਨਾਂ ਦਾ ਇਹ ਇਸ਼ੂ ਸੀ ਕਿ ਅਸੀਂ ਇਸ ਕਮਿਊਨਿਟੀ ਨੂੰ ਜਿੱਦਾਂ ਹਰ ਰੂਲਰ ਕਰਦਾ ਵੀ ਮੈਂ ਡਿਵਾਈਡ ਕਰਕੇ ਰੱਖਾ ਜਾਗੇ ਉਹ ਬਾਕੀ ਬਾਦਸ਼ਾਹ ਮੰਗੇ ਸਿਗਾ ਜਾ ਕੇ ਦਾਰ ਜਿੱਦਾਂ ਫਰਜ਼ ਕਰ ਲਓ ਜੇ ਹੁਣ ਆਪਣੇ ਭੈਣ ਭਰਾ ਮਾਰੇ ਆ ਤਾਂ ਭੈਣ ਭਰਾ ਸਾ ਜਣੇ ਸਹ ਰਿਸ਼ਤੇਦਾਰ ਤਾਂ ਮਾਪ ਪਿਓ ਚ ਵੀ ਮਰੇਗਾ ਯਾ ਊਸ਼ੋਕ ਨੇ ਵੀ ਮਾਰੇ ਆ ਜਾ ਕੇ ਠੀਕ ਹੈ ਬਿੰਬੀਸਰ ਨੇ ਵੀ ਮਾਰੇ ਆ ਆਪਣੇ ਆਤਮਿਕ ਗਿਆਨ ਹਾਸਲ ਕਰ ਲੇ ਜੋਰ ਬਹੁਤ ਲਾਏ ਆ ਹੂੰ ਬਹੁਤ ਜ਼ੋਰ ਲਾਇਆ ਤਪੱਸਿਆਵਾਂ ਕੀਤਾ ਚਿੱਲੇ ਕੱਟੇ ਇਹ ਜਾਣਨ ਦੇ ਲਈ ਵੀ ਮੈਂ ਕੀ ਆ ਗੱਲ ਕਰਨ ਵਾਲੀ ਇਹ ਆ ਵੀ ਜਦੋਂ ਤੁਸੀਂ ਆਪਣਾ ਸੈਲਫ ਅਨਲਿਸਿਸ ਕਰਦੇ ਹੋ ਆਪਦੀਆਂ ਮਾੜੀਆਂ ਗੱਲਾਂ ਕਿਵੇਂ ਨਾਲ ਅਨਲਾਈਜ਼ ਕੀਤੀਆਂ ਜਾਂ ਮੈਂ ਕਿੰਧਾ ਕੁ ਯੂਸਫੁਲ ਆ ਸੋਸਾਇਟੀ ਦੂਜਿਆਂ ਲਈ ਮੇਰੇ ਜਿਹੜੇ ਹੈਗੇ ਘਰਦਿਆਂ ਨਾਲ ਰਿਸ਼ਤੇ ਕਿੱਦਾਂ ਦੇ ਆ ਮੇਰੇ ਭੈਣ ਭਰਾਵਾਂ ਨਾਲ ਰਿਸ਼ਤੇ ਕਿੱਦਾਂ ਦੇ ਆ ਦੋਸਤਾਂ ਮਿੱਤਰਾਂ ਨਾਲ ਕਿੰਧਾ ਕੀ ਇਹ ਉਹਨਾਂ ਰਿਸ਼ਤਿਆਂ ਨੂੰ ਠੀਕ ਕਰਨ ਦੇ ਲਈ ਮੈਂ ਕੋਈ ਯਤਨ ਕਰ ਰਿਹਾ ਕਿ ਮੈਂ ਉਹਨਾਂ ਰਿਸ਼ਤੇ ਨੂੰ ਖਰਾਬ ਤਾਂ ਨਹੀਂ ਕਰ ਰਿਹਾ ਕੀ ਮੈਂ ਕਿਸੇ ਨੂੰ ਬਲਟਰਲ ਤਾਂ ਨਹੀਂ ਕਰ ਰਿਹਾ ਕੀ ਮੈਂ ਕਿਸੇ ਦੀ ਬੇਇਜ਼ਤੀ ਤਾਂ ਨਹੀਂ ਐਵੇਂ ਕਰੀ ਜਾਂਦਾ ਬਿਨਾ ਕਿਸੇ ਕਾਰਨ ਤੋਂ ਇਹ ਇਹ ਮਸਲੇ ਬੈਠ ਕੇ ਸੋਚਣਾ ਨਹੀਂ ਗੱਲਾਂ ਹੈ ਪਰ ਇਹ ਇੱਥੇ ਆਪਾਂ ਅੱਗੇ ਗੱਲ ਕਰ ਚੁੱਕੇ ਹਾਂ ਇਸ ਗੱਲ ਤੇ ਕਿਉਂਕਿ ਮੈਂ ਇਹ ਗੱਲ ਕਹਿ ਚੁੱਕਾ ਪੇ ਮਾਪੇ ਬਿਲਕੁਲ ਬਲੇਮ ਜਾਂਦੇ ਹੋ ਕਿਉਂਕਿ ਉਹੀ ਉਨੀ ਸਿੱਖਿਆ ਤੁਹਾਨੂੰ ਦੇਣੀ ਹੈ ਜਿਹਦੇ ਉਹ ਯੋਗ ਆ ਜਿਹਦੇ ਉਹ ਯੋਗੇ ਨਹੀਂ ਉਹ ਕਿਦਾਂ ਦੇ ਸਕਦੇ ਮੈਂ ਹੁਣ ਉਹੀ ਗੱਲ ਕਰ ਸਕਦਾ ਜਿੰਨੀ ਕੁ ਮੈਨੂੰ ਅਕਲ ਹੈ ਮੈਂ ਆਪਣੀ ਅਕਲ ਤੋਂ ਬਾਹਰ ਕਿਦਾਂ ਗੱਲ ਕਰ ਦਵਾਂ the heart gender thin show ਤਦ ਨਾ ਪ੍ਰਿੰਸੀਪਲ ਗਸ਼ਮੀਦਾ ਸੰਦੀ ਇੱਕ ਖਾਸ ਗੱਲ ਬਾਤ ਕਰਨਗੇ ਕਿ ਤੁਸੀਂ ਆਪਣਾ ਅਨਲਿਸਿਸ ਕਿਵੇਂ ਕਰ ਸਕਦੇ ਹੋ ਸੈਲਫ ਅਨਲਿਸਿਸ ਕਿੰਨਾ ਜ਼ਰੂਰੀ ਹੈ ਤੁਸੀਂ ਆਪਣੀ ਛਾਣਬੀਣ ਕਰਦੇ ਹੋ ਤੁਸੀਂ ਆਪਣਾ ਆਪ ਡਿਸੈਕਟ ਕਰਕੇ ਦੇਖਦੇ ਹੋ ਕਿ ਮੇਰਾ ਵਰਤਾਓ ਕਿਹੋ ਜਿਹਾ ਮੈਂ ਕੀ ਕਰ ਰਿਹਾ ਕਿਸ ਦਿਸ਼ਾ ਜਾ ਰਿਹਾ ਕੀ ਇਹ ਦਿਸ਼ਾ ਠੀਕ ਹੈ ਇਸ ਸਬੰਧ ਦੇ ਵਿੱਚ ਕਈ ਵੱਖਰੇ ਵੱਖਰੇ ਵਿਚਾਰ ਨੇ ਲੇਕਿਨ ਪ੍ਰੋਫੈਸਰ ਸਮਝਾਉਣਗੇ ਕਿ ਕਿੰਨਾ ਜ਼ਰੂਰੀ ਹੈ ਔਰ ਜੇ ਤੁਸੀਂ ਸੈਲਫ ਅਨਲਿਸਿਸ ਕੋਈ ਬੰਦਾ ਆਪਣੇ ਆਪ ਦਾ ਨਹੀਂ ਕਰਦਾ ਤਾਂ ਉਹ ਲਗਾਤਾਰ ਕਈ ਤੀ ਵਰੇ ਗਲਤ ਸੜਕ ਤੇ ਗਲਤ ਰਸਤੇ ਗਲਤ ਦਿਸ਼ਾ ਜਾ ਸਕਦਾ ਹੈ ਪਰ ਸਭ ਜੀ ਆਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਥੈਂਕ ਯੂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੈਂ ਥੋੜੀ ਜੀ ਹਿਸਟਰੀ ਦੀ ਗੱਲ ਹੈ ਜੀ ਉਹ ਸਾਰਿਆਂ ਨੂੰ ਨੋਟਸ ਵਿੱਚ ਲੈਣਾ ਚਾਹੁੰਦਾ ਇੱਕ ਨਿਊ ਜਰਸੀ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਰਿਸਰਚ ਪ੍ਰੋਫੈਸਰ ਹੈ। ਹਾਂ ਹਾਂ ਤੇ ਉਹਨਾਂ ਦਾ ਜਿਹੜਾ ਨਾਮ ਹੈਗਾ ਆਰਡਰੇ ਟ੍ਰਸਟ ਕੀ ਹੈ ਉਹਨੇ ਇੱਕ ਕਿਤਾਬ ਲਿਖੀ ਆ ਕੁਝ ਚਿਰ ਪਹਿਲਾਂ ਉਹ ਰੰਗਦੇਵ men and the myth ਅੱਛਾ ਉਹਦੇ ਵਿੱਚ ਉਹਨੇ ਰੰਗਦੇਵ ਦਾ ਸਾਰਾ ਐਨਲਿਸਿਸ ਕੀਤਾ ਟੋਟਲ ਉਹ ਜੋ ਉਹਨਾਂ ਜ਼ਿਆਤੀਆਂ ਕੀਤੀਆਂ ਉਹ ਵੀ ਕੀਤੀਆਂ ਜੋ ਉਹਦੇ ਪਲੱਸ ਪੁਆਇੰਟਸ ਇਹ ਉਹ ਵੀ ਕੀਤੇ ਉਹਦੇ ਵਿੱਚ ਕਿਉਂਕਿ ਆਮ ਤੌਰ ਤੇ ਰੰਗਦੇਵ ਦੀ ਜਿਹੜੀ ਹੈਗੀ ਆ ਬਿਲੀਫਿਕੇਸ਼ਨ ਨਹੀਂ ਹੁੰਦੀ ਹੈ ਇੰਡੀਆ ਦੇ ਵਿੱਚ ਖਾਸ ਤੌਰ ਤੇ ਪਈ ਇਹ ਬਹੁਤ ਇਦਾਂ ਦਾ ਹੋਇਆ ਜ਼ਾਲਮ ਰਾਜ ਜ਼ਾਲਮ ਰਾਜਾ ਹੋਇਆ ਔਰ ਉਨੇ ਉਹਦੇ ਵਿੱਚ ਇਹ ਸਾਰਾ ਹੀ ਦੱਸਿਆ ਜਾ ਕੇ ਜੀ ਵੀ ਇਹ ਜਿਹੜੀ ਰੰਗਦੇਵ ਦੀ ਵਿਲੀਫਿਕੇਸ਼ਨ ਕੈਂਪੇਨ ਸ਼ੁਰੂ ਹੋਈ ਆ ਇਹ ਮੁਗਲ ਰਾਜ ਤੋਂ ਬਾਅਦ ਅੰਗਰੇਜ਼ਾਂ ਦੇ ਟਾਈਮ 'ਚ ਸ਼ੁਰੂ ਹੋਈ ਆ ਜਿਸ ਵੇਲੇ ਉਹ ਰੰਗਦੇਵ ਨੂੰ ਇਸ ਦਿਵਲਨ ਦੇ ਤੌਰ ਤੇ ਪੇਸ਼ ਕੀਤਾ ਜਾਣ ਲੱਗ ਪਿਆ ਕਿਉਂਕਿ ਉਹਨਾਂ ਦਾ ਇਹ ਇਸ਼ੂ ਸੀ ਪੇ ਅਸੀਂ ਇਸ ਕਮਿਊਨਿਟੀ ਨੂੰ ਜਿੱਦਾਂ ਹਰ ਰੂਲਰ ਕਰਦਾ ਪੇ ਮੈਂ ਡਿਵਾਈਡ ਕਰਕੇ ਰੱਖਾ ਜਾ ਕੇ ਹਮ ਹਮ ਔਰ ਉਹਦੇ ਵੀ ਡਿਵਾਈਡ ਕਰਨ ਲਏ ਉਹਨਾਂ ਨੂੰ ਇਹ ਮੁਗਲ ਬਾਦਸ਼ਾਹ ਲੱਭਾ ਸਾਰਿਆਂ ਦੇ ਵਿੱਚ ਉਹ ਕਿਉਂਕਿ ਇਹਦੇ ਪ੍ਰਤੀ ਆਲਰੇਡੀ ਸੈਂਟੀਮੈਂਟਸ ਹੈਗੇ ਇਹਨੂੰ ਪੇ ਕਮਾਸ਼ੇਵ ਰੰਗਦੀਪ ਦੇ ਜਨੀਆਂ ਵੀ ਜ਼ਿਆਤੀਆਂ ਸਿਗੀਆਂ ਉਹੀ ਵੀ ਵਿੱਚ ਦਿੱਤੀਆਂ ਉਹਨੇ ਇਹ ਵੀ ਉਹਦੇ ਵਿੱਚ ਲਿਖਿਆ ਜਾ ਕੇ ਵੀ ਨਾ ਆਪਣੇ ਭਰਾ ਮਾਰੇ ਜਾ ਕੇ ਇਹਨਾਂ ਆਪਣੇ ਬਾਪ ਨੂੰ ਕੈਦ ਕੀਤਾ ਹੈ ਬੜਾ ਜ਼ੁਲਮ ਕੀਤਾ ਇਹਨਾਂ ਜਾ ਕੇ ਇਹ ਮੰਦਰ ਢਾਏ ਜਾ ਕੇ ਉਹਨੇ ਸਾਰੇ ਲਿਖਿਆ ਪਰ ਉਹਨੇ ਨਾਲ ਉਹਦੇ ਵਿੱਚ ਇਹ ਵੀ ਦਿੱਤਾ ਜਾ ਕੇ ਜਾ ਕੇ ਵੀ ਇਹ ਨਹੀਂ ਜਿਹੜੇ ਕਿੰਨਿਆਂ ਮੰਦਰਾਂ ਨੂੰ ਗਰੰਟਾਂ ਦਿੱਤੀਆਂ ਨੇ ਰੰਗਦੇਵ ਨੇ ਕਿੰਨੇ ਇਹਦੇ ਫਰਮਾਨ ਸੇ ਜਿਹਦੇ ਉੱਤੇ ਲਿਖਿਆ ਹੁੰਦਾ ਸੀ ਵੀ ਜੌਬ ਦੇਣ ਵੇਲੇ ਉਹਦੀ ਕਾਬਲੀਅਤ ਦਾ ਧਿਆਨ ਰੱਖਿਓ ਉਹਦੇ ਧਰਮ ਦਾ ਖਿਆਲ ਨਾ ਰੱਖਿਓ ਉਹ ਰੰਗਦੇਵ ਨੇ ਰੰਗਦੇਵ ਨੇ ਦਿੱਤੇ ਆ ਮਤਲਬ ਰੰਗਦੇਵ ਦੇ ਫਿਰ ਹਿੰਦੂਆਂ ਦਾ ਕੀ ਰੋਲ ਸੀਗਾ ਹਿੰਦੂਆਂ ਤੇ ਉਹਨਾਂ ਜਾ ਕੇ ਕਿੰਨਾ ਹਿੰਦੂਆਂ ਨੂੰ ਜਿਹੜੇ ਹਿੰਦੂ ਲਾਇਲ ਸੇ ਉਹਦੇ ਪ੍ਰਤੀ ਉਹਨ ਵੀ ਉਹ ਜਿਹੜੀ ਆਪਾਂ ਇੱਥੇ ਗੱਲ ਕਰਦੇ ਉਹਨ ਵੀ ਉਹੀ ਕੀਤੀ ਗੱਲ ਜਾ ਕੇ ਤੇ ਹਰ ਰੂਲਰ ਜਿਹੜਾ ਹੈਗਾ ਜਿਹੜਾ ਉਹਦੇ ਖਿਲਾਫ ਕਰਦਾ ਉਹਨੂੰ ਪਨਿਸ਼ ਕਰਦਾ ਆ ਧਰਮ ਉਹ ਕੋਈ ਵੀ ਹੋ ਧਰਮ ਉਹ ਕੋਈ ਵੀ ਹੋਵੇ ਉਹਨ ਮੰਦਰਾਂ ਨੂੰ ਗਰੰਟਾ ਵੀ ਦਿੱਤੀਆਂ ਮੰਦਰ ਢਾਇ ਵੀ ਹੈ ਜਿਹੜੇ ਮੰਦਰ ਉਹਦੇ ਵਿਰੋਧਤਾ ਕਰਦੇ ਸੀ ਉਹਨਾਂ ਤੇ ਹੋਰ ਉਹਦੀ ਲਾਈਨ ਸੀ ਜਿਹੜੇ ਮੰਦਰ ਉਹਨਾਂ ਕਰਦੇ ਸੀ ਉਹਨਾਂ ਪਰਤੀ ਹੋਰ ਹੁੰਦਾ ਸੀ ਜਾ ਕੇ ਇੱਦਾਂ ਹੀ ਰਾਜਪੂਤਾਂ ਪ੍ਰਤੀ ਸੀਗਾ ਜਾ ਕੇ Hindu ਰਾਜਪੂਤਾਂ ਨੂੰ ਉਹਨ ਬੜਬੜੀਆਂ ਜੌਬਸ ਵੀ ਦਿੱਤੀਆਂ ਹਿੰਦੂਆਂ ਨੂੰ ਜਿਵੇਂ ਉਹਨਾਂ ਨੂੰ ਪਨਸੇ ਮੁਸਲਮਾਨਾਂ ਨੇ ਵੀ ਦਿੱਤਾ ਹੋਈ ਮੁਸਲਮਾਨਾਂ ਅਫਗਾਨਾਂ ਦਾ ਵੀ ਨਾਸ ਕੀਤਾ ਉਹਨਾਂ ਜਾ ਕੇ ਦੂਜਿਆਂ ਉਹ ਜਿਹੜਾ ਮੈਂ ਦੀ ਮੇ ਤੋਂ ਤਾਂ ਮੈਂ ਉਹ ਇਹ ਕਿਹਾ ਬਈ ਜੇ ਕੋਈ ਇੰਟਰਸਟਿਡ ਹੋਵੇ ਤਾਂ ਪੜ੍ਹ ਲੈ ਕਿਉਂਕਿ ਉਹਦੇ ਵਿੱਚ ਉਹਦਾ ਬੈਲੈਂਸ ਐਨਾਲਿਸਿਸ ਹੈ ਬੀ ਉਹ ਬਾਕੀ ਬਾਦਸ਼ਾਹ ਮੰਗੇ ਸੀਗਾ ਜਾ ਕੇ ਦਾ ਜਿੱਦਾਂ ਫਰਜ਼ ਕਰ ਲਓ ਜੇ ਹੁਣ ਆਪਣੇ ਭੈਣ ਭਰਾ ਮਾਰੇ ਆ ਤਾਂ ਭੈਣ ਭਰਾ ਸਾਹ ਜਣੇ ਰਿਸ਼ਤੇਦਾਰ ਤਾਂ ਮਹਾਪਾਰਚੀ ਵੀ ਮਰੇਗਾ ਇਹ ਅਸ਼ੋਕ ਨੇ ਵੀ ਮਾਰੇ ਆ ਜਾ ਕੇ ਠੀਕ ਹੈ ਬਿੰਬੀਸਾਰ ਨੇ ਵੀ ਮਾਰੇ ਜਾ ਕੇ ਹਰ ਰੂਲਰ ਕਰਦਾ ਜਿਹੜਾ ਵੀ ਉਹਦੇ ਖਿਲਾਫ ਸੋ ਇਹਦਾ ਮੈਂ ਰੈਫਰੈਂਸ ਇਨਕ ਦਿੱਤਾ ਸੀ ਕਿ ਇਹ ਕਿਤਾਬ ਜਿਹੜੀ ਹੈਗੀ ਰੰਗਦੇਵ men and the myth ਇਮਰਜੈਂਸੀ ਉਸ ਤਰ੍ਹਾਂ ਸ਼ਾਇਦ ਸ਼ਾਇਬੀ ਹੈ ਆਡੀਟਰਸ ਕੀ ਨਿਊ ਜਰਸੀ ਇੱਕ ਯੂਨੀਵਰਸਿਟੀ ਵਿੱਚ ਸਰਚਰਡ ਡਿਪਾਰਟਮੈਂਟ ਦੇ ਪ੍ਰੋਫੈਸਰ ਉਹ ਨਹੀਂ ਲਿਖੀ ਚਲੋ ਐਨੀਵੇ ওকে ਥੈਂਕ ਯੂ ਹਾਂਜੀ ਹੁਣ ਆਪਾਂ ਸੈਲਫ ਅਨਲਿਸਿਸ ਦੀ ਕਰਦੇ ਹਾਂ ਹਾਂਜੀ ਸਭ ਦੇਖੋ ਗਿਆਨ ਦਾ ਕੇਰਾ ਬਹੁਤ ਬੜਾ ਆ ਜੀ ਆਪਾਂ ਨੌਲੇਜ ਦੇਖੀ ਨਾ ਨੌਲੇਜ ਦਾ ਕੇਰਾ ਬਹੁਤ ਬੜਾ ਹੈਗਾ ਆ ਉਹਦੇ ਤੇ ਆਪਾਂ ਕਿਤੇ ਫੇਰ ਗੱਲ ਕਰਾਂਗੇ ਜਾਂ ਕੀਤੀ ਵੀ ਕਰਦੇ ਵੀ ਰਹੇ ਹਾਂ ਜਾ ਕੇ ਅੱਜ ਜਿਹੜੇ ਮੇਰਾ ਮਨ ਕਰਦਾ ਬਈ ਅਸੀਂ ਜਿਹੜਾ ਸੈਲਫ ਗਿਆਨ ਹੈ ਨਾ ਆਪਣੇ ਬ੍ਰਤੀ ਨਾਲ ਜਿਹੜਾ ਆ ਇਹਦੇ ਬਾਰੇ ਕੁਝ ਗੱਲ ਕਰੀਏ ਕਿ ਕਿਉਂਕਿ ਜੇ ਮੈਨੂੰ ਇਹੀ ਨਹੀਂ ਪਤਾ ਕਿ ਮੈਂ ਕੀ ਆ ਜੇ ਮੈਨੂੰ ਇਹੀ ਨਹੀਂ ਪਤਾ ਕਿ ਮੈਂ ਕੀ ਆ ਮੈਂ ਕਿੱਦਾਂ ਦਾ ਬੰਦਾ ਆ ਮੇਰੇ ਚ ਕੀ ਗੋਣਿਆ ਕੀ ਮੇਰੇ ਚ ਔਗਣਿਆ ਜਾ ਕੇ ਤਾਂ ਫਿਰ ਜਿਹੜਾ ਬਾਹਰਲਾ ਗਿਆਨ ਆ ਉਹ ਉਹ ਫਿਰ ਉਹਨਾਂ ਹੈਲਪਫੁਲ ਨਹੀਂ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਫਾਇਦਾ ਨਹੀਂ ਉਹ ਵੀ ਗਿਆਨ ਹਾਸਲ ਕਰੋ ਜ਼ਰੂਰ ਕਰੋ ਉਹ ਵੀ ਗਿਆਨ ਹਾਸਲ ਕਰੋ ਪਰ ਫਿਰ ਉਹ ਉਹਨਾਂ ਯੂਸਫੁਲ ਨਹੀਂ ਹੋਣਾ ਜਿੰਨਾ ਜਦ ਤੱਕ ਤੁਹਾਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਦਾ ਹੂੰ ਹੂੰ ਜਿਦਾ ਹੁ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਵੀ ਇਦਾਂ ਰਿਹਾ ਪਈ ਆਤਮ ਗਿਆਨਮ ਪਰਮ ਗਿਆਨਮ ਹੂੰ ਹੂੰ ਮਨ ਜੀਤੇ ਜਗ ਜੀਤ ਇਦਾਂ ਦੀ ਗੱਲਾਂ ਸਾਨੂੰ ਪਿੱਛੇ ਵੀ ਪਤਾ ਲੱਗਦਾ ਰਿਹਾ ਸੋ ਇਹ ਵੈਸੇ ਇਹ ਤੁਸੀਂ ਸਨ ਸਾਹਿਬ ਜੀ ਪਿੱਛੇ ਹਿਸਟਰੀ ਵਿੱਚ ਨਿਗਾਹ ਮਾਰੋ ਨਾ ਇੰਡੀਆ ਦੀ ਧਾਰਮਿਕ ਇਤਿਹਾਸਰੀ ਦੇ ਵਿੱਚ ਤਾਂ ਮਨੁੱਖ ਨੇ ਆਪਣੇ ਆਤਮਿਕ ਗਿਆਨ ਹਾਸਲ ਕਰ ਲੈ ਜੋਰ ਬਹੁਤ ਲਾਇਆ ਹੂੰ ਬਹੁਤ ਜੋਰ ਲਾਇਆ ਤਪੱਸਿਆਵਾਂ ਕੀਤਾ ਚਿਲੇ ਕੱਟੇ ਇਹ ਜਾਣਨ ਦੇ ਲਈ ਕਿ ਮੈਂ ਕੀ ਆ ਸੁਪਰਚੂਲੀ ਮੈਂ ਕੀ ਆ ਹਾਂਜੀ ਹਾਂ ਤੇ ਮੈਂ ਕੀ ਆ ਮੇਰਾ ਮਤਲਬ ਜਿਹੜਾ ਹੈਗਾ ਮੇਰੀ ਥਿੰਕਿੰਗ ਕੀ ਆ ਮੈਂ ਬੰਦਾ ਕਿਦਾਂ ਦਾ ਆ ਮੇਰੇ ਅੰਦਰ ਕੀ ਹੈਗਾ ਜਾ ਕੇ ਇਹ ਜਾਣਨ ਦੇ ਲਈ ਬਹੁਤ ਜ਼ੋਰ ਲਾਇਆ ਹਿੰਦੂਇਜ਼ਮ ਦੇ ਵਿੱਚ ਵੀ ਬੁੱਧਿਜ਼ਮ ਚ ਤਾਂ ਬਹੁਤ ਹੀ ਲਾਇਆ ਉਹਨੀ ਜ਼ੋਰ ਜਿਹੜਾ ਹੈਗਾ ਉਦਾਂ ਵੀ ਆਮ ਆਦਮੀ ਕਹਿੰਦੇ ਵੀ ਇਹਦਾ ਵੇ ਤੁਸੀਂ ਜਿਹੜਾ ਹੈਗਾ ਖਿਆਲ ਕਰੋ ਸੋ ਮੈਨੂੰ ਇਦਾਂ ਲੱਗਦਾ ਵੀ ਗਿਆਨ ਸਭ ਤੋਂ ਮਹੱਤਵਪੂਰਨ ਗਿਆਨ ਹੈ ਜਿੰਨੀ ਦੇਰ ਤੱਕ ਸਾਨੂੰ ਇਹ ਹੀ ਨਹੀਂ ਪਤਾ ਲੱਗਾ ਉੰਦੀ ਦੇਰ ਤੱਕ ਮੇਰਾ ਖਿਆਲ ਵੈਸੇ ਵੈਸੇ ਸਾਰੇ ਲੋਕਾਂ ਨੂੰ ਹੀ ਆਪਣੇ ਬਾਰੇ ਥੋੜਾ ਬਹੁਤ ਤਾਂ ਆਈਡੀਆ ਹੁੰਦਾ ਵੀ ਮੈਂ ਕਿਹੋ ਜਿਹਾ ਬੰਦਾ ਹਾਂ ਹਾਂ ਬਿਲਕੁਲ ਹੁੰਦਾ ਉਹ ਕਈ ਵਾਰੀ ਦਬਾ ਲੈਂਦੇ ਆ ਉਹਨੂੰ ਜੇ ਕੋਈ ਮਾੜੀ ਗੱਲ ਆ ਜਾਂ ਚੰਗੀ ਗੱਲ ਆ ਉਹਦੀਆਂ ਆਪ ਦੇ ਵਿੱਚ ਸ਼ੇਖੀਆਂ ਵੀ ਮਾਰ ਦਿੰਦੇ ਆ ਪਰ ਪਤਾ ਹੁੰਦਾ ਇਹ ਆਮ ਤੌਰ ਤੇ ਜਿਹੜਾ ਜ਼ਿਆਦਾ ਪਤਾ ਹੁੰਦਾ ਉਹ ਆਪਣੇ ਗੁਣਾ ਦਾ ਜ਼ਿਆਦਾ ਪਤਾ ਹੁੰਦਾ ਹੂੰ ਜਿਹੜਾ ਹੈਗਾ ਮੈਂ ਮੇਰੀ ਕੋਈ ਹੈਗਾ ਜੋਰ ਮੈਂ ਤਾਂ ਸ਼ੇਰ ਆ ਮੈਂ ਤਾਂ ਫਲਾਨਾ ਆ ਉਹਨੂੰ ਆਪਣੇ ਗੁਣਾ ਦਾ ਜ਼ਿਆਦਾ ਪਤਾ ਹੁੰਦਾ ਜਿਹੜੀਆਂ ਉਹਦੀਆਂ ਵੀਕਨੈਸਜ਼ ਉਹਦੀਆਂ ਉਹਨਾਂ ਦਾ ਉਹਨੂੰ ਘੱਟ ਪਤਾ ਹੁੰਦਾ ਉਹਦੇ ਤੇ ਜ਼ੋਰ ਲਾਉਣ ਦੀ ਗੱਲ ਆ ਕਿਉਂਕਿ ਜਦ ਤੱਕ ਬੈਲੈਂਸ ਨਹੀਂ ਬਣਨਾ ਤੁਹਾਡਾ ਨਾ ਜੀ ਤੁਹਾਡੇ ਦਾ ਉਹ ਤੱਕ ਨਹੀਂ ਹੁਣ ਸਾਨੂੰ ਇਹ ਆ ਛੋਟੇ 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 ਛੋਟੀਆਂ ਥਿੰਸ ਆ ਗੱਲਾਂ ਹੈਗੀਆਂ ਪਈ ਮੈਂ ਅਸੀਂ ਵੀ ਜੇ ਮੈਂ ਕਿਤੇ ਬੈਠ ਕੇ ਸੋਚਾਂ ਦਿਨ ਵਿੱਚ ਚਲੋ ਕੁਝ ਬੰਦੇ ਪਾਠ ਕਰਦੇ ਆ ਜ਼ਰੂਰ ਕਰਨ ਉਹਨਾਂ ਦਾ ਅਕੀਦਾ ਹੈ ਇਹ ਜਾ ਕੇ ਪਰ ਇਹਦੇ ਤੇ ਵੀ ਥੋੜਾ ਜਿਹਾ ਟਾਈਮ ਜ਼ਰੂਰ ਜ਼ੋਰ ਦਿੱਤਾ ਜਾਵੇ ਪਈ ਮੈਂ ਕੀ ਆ ਜਿੱਦਾਂ ਹੁਣ ਵੀ ਮੈਂ ਹੈਲਪਫੁਲ ਕਿੰਨਾ ਕਿ ਦੂਜਿਆਂ ਲਈ ਕਦੇ ਮੈਂ ਸੋਚੀ ਇਹ ਗੱਲ ਜਾ ਕੇ ਜਿਹੜੇ ਬੰਦੇ ਆ ਦੂਜੇ ਬੰਦੇ ਮੇਰੇ ਉਤੇ ਉਪਕਾਰ ਕਰ ਰਹੇ ਆ ਕੀ ਮੈਂ ਕਦੇ ਨੋਟ ਕੀਤੇ ਆ ਗ੍ਰੈਟੀਚਿਊਡ ਕਦੇ ਐਕਸਪ੍ਰੈਸ ਕੀਤਾ ਕੀ ਕਦੇ ਮੇਰੇ ਮਨ ਚ ਆਈ ਹੈ ਗੱਲ ਬਈ ਆ ਮੇਰੇ ਘਰ ਵਾਲੀ ਜਾਂ ਘਰ ਵਾਲਾ ਜਾਂ ਦੋਸਤ ਮਿੱਤਰ ਰਿਸ਼ਤੇਦਾਰ ਜੋ ਵੀ ਮੇਰੇ ਤੇ ਹੈਲਪ ਕਰਦੇ ਆ ਮੇਰੇ ਕੀ ਕਦੇ ਮੈਂ ਸੋਚਿਆ ਬਈ ਨਾ ਬੰਦਿਆਂ ਨੇ ਵੀ ਮੇਰੇ ਤੇ ਇੰਨੇ ਉਪਕਾਰ ਕੀਤੇ ਆ ਕੱਲ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਸਾਲ ਚ ਇੱਕ ਦਿਨ ਹੁੰਦਾ ਗ੍ਰੈਟੀਚਿਊਡ ਐਕਸਪ੍ਰੈਸ ਕਰਨ ਦਾ ਅੱਜ ਕਹਿੰਦਾ ਮੇਰੇ ਨੇੜੇ ਦੇ ਬੰਦਿਆਂ ਨੇ ਅੱਜ ਵੀ ਨਹੀਂ ਕੀਤਾ ਕੱਲ ਥੈਂਕਸ ਗਿਵਿੰਗ ਡੇ ਸੀ ਅੱਛਾ ਤੇ ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਹ ਬੰਦੇ ਨੂੰ ਬਹੁਤਿਆਂ ਨੂੰ ਪਤਾ ਨਹੀਂ ਲੱਗਦਾ ਨਹੀਂ ਪਤਾ ਪਤਾ ਜੋ ਰਹੇ ਨਹੀਂ ਰਹਿੰਦੇ ਜੀ ਇਹਦੇ ਵਿੱਚ ਖਿਆਲ ਹੀ ਨਹੀਂ ਕਰਦੇ ਹੈ ਵੀ ਮੈਂ ਇਹ ਦੇ ਬਾਰੇ ਕੁਝ ਸੋਚਾਂ ਅੱਛਾ ਸਿੰਘ ਸਾਹਿਬ ਦੇਖੋ ਜੇ ਉਧਰ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ ਨਾ ਸਾਡੇ ਤੇ ਉਪਕਾਰ ਇੰਨੇ ਲੋਕਾਂ ਦੇ ਹੈਗੇ ਆ ਇੰਨੇ ਲੋਕਾਂ ਦੇ ਹੈਗੇ ਆ ਵੀ ਸਾਡੀ ਜਿਦਾ ਜਿੱਦਾਂ ਉਹ ਆਇਨਸਟਾਈਨ ਨੇ ਇੱਕ ਵਾਰ ਕਿਹਾ ਉਹ ਕਹਿੰਦਾ ਕਈ ਵਾਰ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਇਸ ਤਰ੍ਹਾਂ ਲੀਆ ਜਿਹੜੇ ਮੈਂ ਲੋਕਾਂ ਦੇ ਸੋਚ ਤਾਂ ਉਪਕਾਰ ਹੈ ਮੈਂ ਕਹਿੰਦਾ ਜਿੱਥੇ ਜਾਣਾ ਮੈਨੂੰ ਇਦਾਂ ਲੱਗਣ ਲੱ ਪੈਂਦਾ ਵੀ ਮੈਂ ਕਾਰ 'ਚ ਬੈਣਾ ਤਾਂ ਮੈਨੂੰ ਉਹਨਾਂ ਲੋਕਾਂ ਦੇ ਜਿਹਨਾਂ ਨੇ ਕਾਰ ਕੱਢੀ ਹੈ ਉਹਦੇ ਉਪਕਾਰ ਚ ਇੱਤੇ ਆਉਣ ਲੱ ਪੈਂਦੇ ਆ ਮੈਂ ਸ਼ਰਟ ਪਾਉਣੀ ਹੈ ਤਾਂ ਕਹਿੰਦਾ ਉਹ ਟੈਕਸਟਾਈਲ ਵਾਲਿਆਂ ਦੇ ਆਉਣ ਲੱ ਪੈਂਦੇ ਆ ਮੈਂ ਵਾਲ ਕਟਾਉਣ ਜਾਂਦਾ ਤਾਂ ਮੈਨੂੰ ਕਹਿੰਦਾ ਬਾਰਬਰਤਾ ਲੱਗਣ ਲੱ ਪੈਂਦਾ ਮੈਨੂੰ ਇਦਾਂ ਲੱਗਦਾ ਕਹਿੰਦਾ ਜਿਦਾਂ ਵੀ ਹਰ ਬੰਦਾ ਮੇਰੇ ਤੇ ਉਪਕਾਰ ਕਰ ਰਿਹਾ ਕੁਝ ਨਾ ਕੁਝ ਹਮ ਹੁਣ ਉਹਦੀ ਉਹਦੀ ਥਿੰਕਿੰਗ ਹੈ ਨਾ ਸੋ ਮੈਂ ਕਹਿੰਦਾ ਕਈ ਵਾਰ ਮੈਨੂੰ ਨੀਂਦ ਨਹੀਂ ਆਉਂਦੀ ਰਾ ਹਲਾਗੇ ਉਹ ਤਾਂ ਬਹੁਤ ਕੁਝ ਕੀਤਾ ਪਰ ਫੇਰ ਵੀ ਇਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਇਦਾਂ ਸਮਝਦੇ ਆ ਜੀ ਗੱਲ ਕਰਨ ਵਾਲੀ ਇਹ ਆ ਵੀ ਜਦੋਂ ਤੁਸੀਂ ਆਪਣਾ ਸੈਲਫ ਅਨਲਿਸਿਸ ਕਰਦੇ ਹੋ ਆਪਦੀਆਂ ਮਾੜੀਆਂ ਗੱਲਾਂ ਕਿਵੇਂ ਨਾਲ ਅਨਲਾਈਜ਼ ਕੀਤੀਆਂ ਜਾਣ ਥਿੰਦ ਸਾਹਿਬ ਜਿਹੜਾ ਔਖਾ ਕੰਮ ਹੈ ਨਾ ਜਿਹਨੂੰ ਕਹਿੰਦੇ ਨਾ ਜਗ ਜੀਤ ਮਨ ਜੀਤੇ ਜਗ ਜੀਤ ਉਹ ਹੀ ਮਨ ਇਹ ਹੀ ਮਨ ਜਿੱਤਣ ਵਾਲੀ ਗੱਲ ਆ ਜਿਸ ਵੇਲੇ ਉਹ ਜਿਹੜੀ ਗੱਲ ਹੈਗੀ ਨਾ ਜੀ ਉਹਦੇ ਤੇ ਥਿੰਦ ਸਾਹਿਬ ਮੈਂ ਤੁਹਾਨੂੰ ਦੱਸਾਂ ਆਪਣੇ ਆਪ ਦੇ ਨਾਲ ਜੰਗ ਕਰਨੀ ਬਹੁਤ ਔਖੀ ਆ ਪਰ ਬਹੁਤ ਜ਼ਰੂਰੀ ਆ ਬਹੁਤ ਔਖੀ ਆ ਪਰ ਬਹੁਤ ਜ਼ਰੂਰੀ ਹੈ ਜਾ ਕੇ ਆਪਣੇ ਨੁਕਸ ਦੇਖਣ ਜਿੱਦਾਂ ਆਪਾਂ ਕਈ ਵਾਰ ਉਹਦੀ ਗੱਲ ਕੀਤੀ ਹੈ ਆਪਣੇ ਦੀ ਡਾਇਓਜਿਨਸ ਦੀ ਜਦੋਂ ਉਹਨੂੰ ਪੁੱਛਿਆ ਭਈ ਸਭ ਨਾਲੋਂ ਔਖਾ ਕੰਮ ਕਿਹੜਾ ਉਹ ਕਹਿੰਦਾ ਆਪਣੇ ਨੁਕਸ ਦੇਖਣੇ ਸਭ ਨਾਲੋਂ ਸੌਖਾ ਕੰਮ ਕਿਹੜਾ ਕਹਿੰਦਾ ਦੂਜੇ ਦੇ ਨੁਕਸ ਦੇਖਣੇ ਠੀਕ ਠੀਕ ਕਹਿੰਦਾ ਸੀ ਸੋ ਆਪਣੀ ਜਿਹੜੀ ਕਮੀ ਦੇਖਣੀ ਹੈਗੀ ਆ ਇਹ ਔਖੀ ਤਾਂ ਹੈਗੀ ਆ ਬਹੁਤ ਠੀਕ ਹੈ ਹੁਣ ਦੇਖੋ ਛੋਟੇ ਛੋਟੇ ਆਦਮੀ ਦੀ ਕੀ ਹੈ ਛੋਟੀਆਂ ਛੋਟੀਆਂ ਗੱਲਾਂ ਆ ਮੈਂ ਕਈ ਵਾਰ ਸੋਚਦਾ ਸੀਗਾ ਭਈ ਇਹ ਇਦਾਂ ਆदमी ਸੋਚ ਲਵੇ ਕਿ ਕੀ ਹਮੇ ਇੱਕ ਤਾਂ ਬੰਦੇ ਚ ਹਮੇ ਬਹੁਤ ਹੈ ਤੁਸੀਂ ਹਮੇ ਬਹੁਤ ਹੈ ਮੈਂ ਮੈਂ ਤੋ ਕੁਝ ਗੱਲ ਨਹੀਂ ਹੈ ਗਈ ਜਾ ਕੇ ਹੁਣ ਤੁਸੀਂ ਜੇ ਸਾਧਨ ਵੀ ਜਿਹਨੂੰ ਆਪਾਂ ਕਹਿੰਦੇ ਆ ਸਾਧਨ ਵੀ ਕਰ ਰਹੇ ਆਪਣੇ ਆਪਣੀ ਇਹ ਸੋਚੋ ਕਿ ਕੀ ਮੈਂ ਛੋਟੇ ਛੋਟੇ ਕੰਮ ਕਰਨ ਤੋਂ ਗਰੇਜ਼ ਕਰਦਾ ਕਿ ਮੈਂ ਡਿਸ਼ਾਂ ਸਾਫ਼ ਕਰਨ ਨੂੰ ਬੇਜ਼ਤੀ ਸਮਝਦਾ ਆਪਣੀ ਕੀ ਮੈਂ ਫਲੋਰ ਉਹਨੂੰ ਕਲੀਨ ਕਰਨ ਸਾਫ ਕਰ ਨੂੰ ਬਿਜਤੀ ਸਮਝਦਾ ਆਪਣਾ ਕਿ ਹੋਰ ਮੈਂ ਕੀ ਕਰਦਾ ਐਦਾਂ ਦੀ ਗੱਲ ਲੇ ਜਾ ਕੇ ਇਹ ਜਿਹੜੀ ਹੈਗੇ ਇਹ ਜਿਹਨਾਂ ਗੱਲਾਂ ਨੂੰ ਅਸੀਂ ਬਹੁਤ ਛੋਟੀਆਂ ਸਮਝਦੇ ਆ ਇਹ ਤੁਹਾਨੂੰ بڑا ਇਨਸਾਨ ਬਣਾਉਂਦੀਆਂ ਹੂੰ ਜਿਹੜੀਆਂ ਗੱਲਾਂ ਨੂੰ ਅਸੀਂ ਛੋਟਾ ਅਸੀਂ ਕਹਿੰਦੇ ਜਾ ਕੇ ਜੀ ਭਾਂਡੇ ਮਾਂਜਣੇ ਤਾਂ ਮੈਂ ਭਾਂਡੇ ਕਿਉਂ ਮਾਂਜ ਜਾ ਕੇ ਦੇਖੇ ਪਰ ਇਹ ਤੁਹਾਨੂੰ ਇਨਫੈਕਟ بڑا ਇਨਸਾਨ ਬਣਾਉਂਦੀ ਹੈ ਜਾ ਕੇ ਤੂੰ ਤੁਸੀਂ ਕਿਸੇ ਕੰਮ ਨੂੰ ਮਾੜਾ ਨਹੀਂ ਸਮਝਦੇ ਤੁਸੀਂ ਫਰਸ਼ ਰਸੋਈ ਦੀ ਫਰਸ਼ ਨੂੰ ਕਲੀਨ ਕਰਨਾ ਮਾੜਾ ਨਹੀਂ ਸਮਝਦੇ ਤੁਸੀਂ ਜਾ ਕੇ ਮੈਂ ਤੁਹਾਨੂੰ ਉਧਰ ਲੈ ਕੇ ਜਾਣਾ ਚਾਹੁੰਦਾ ਵੀ ਜਿਹੜਾ ਮਾੜਾ ਅਨਲਿਸਿਸ ਆਪਣੀਆਂ ਮਾੜੀਆਂ ਆਦਤਾਂ ਦਾ ਉਹ ਕਿਵੇਂ ਕੀਤੇ ਕਿਉਂਕਿ ਜਦੋਂ ਬੰਦਾ ਆਪਣੀਆਂ ਮਾੜੀਆਂ ਗੱਲਾਂ ਕਰਨ ਲੱਗਦਾ ਫਿਰ ਸਾਹਿਬ ਹਾਂਜੀ ਬੰਦਾ ਆਪਣੇ ਆਪ ਨੂੰ ਡਿਫੈਂਡ ਕਰਨ ਲੱਗ ਪੈਂਦਾ ਜੇ ਤੁਸੀਂ ਆਪਣੇ ਆਪ ਨੂੰ ਡਿਫੈਂਡ ਨਹੀਂ ਕਰੋਗੇ ਹੋਰ ਕੌਣ ਕਰੂਗਾ ਫਿਰ ਥਿੰਨ ਸਾਹਿਬ ਫਿਰ ਮੈਂ ਤੁਹਾਨੂੰ ਦੱਸਦਾ ਤਾਂ ਆਪਣੇ ਆਪ ਨੂੰ ਡਿਫੈਂਡ ਕਰਨ ਵਾਲੀ ਤੱਕ ਤੁਸੀਂ ਗੱਲ ਕਰ ਦਿਓ ਇਹ ਤਾਂ ਹੋ ਹੀ ਜਾਂਦਾ ਹੋਏ ਆਟੋਮੈਟਿਕ ਹੀ ਜਾਂਦਾ ਇਹ ਤਾਂ ਇਹ ਦੇ ਦਿੰਦੀ ਹੈ ਇਹ ਜਿਹੜਾ ਹੈਗਾ ਜਦੋਂ ਤੁਸੀਂ ਕਹਿੰਦੇ ਕਿੰਦਾ ਕਰੂਗੇ ਇਹ ਇਹ ਦੇਖੋ ਮੈਂ ਜੋ ਸਮਝਦਾ ਬੈਠ ਟੋਬੇਲਾਂ ਤੇ ਬੈਠ ਕੇ ਬੈਠ ਕੇ ਆਦਮੀ ਜਿਹੜਾ ਕੱਲਾ ਹੀ ਬੈਠ ਕੇ ਦਿਮਾਗ ਨੂੰ ਸੋਚੋ ਇਸ ਗੱਲ ਤੇ ਵੀ ਅੱਜ ਮੈਂ ਉਹੀ ਸੋਚਣਾ ਵੀ ਮੈਂ ਕਿੰਨਾ ਕੁ ਯੂਸਫੁਲ ਹਾਂ ਸੁਸਾਇਟੀ ਦੂਜਿਆਂ ਲਈ ਮੇਰੇ ਜਿਹੜੇ ਹੈਗੇ ਘਰਦਿਆਂ ਨਾਲ ਰਿਸ਼ਤੇ ਕਿੱਦਾਂ ਦੇ ਆ ਮੇਰੇ ਭੈਣ ਭਰਾਵਾਂ ਨਾਲ ਰਿਸ਼ਤੇ ਕਿੱਦਾਂ ਦੇ ਆ ਦੋਸਤਾਂ ਮਿੱਤਰਾਂ ਨਾਲ ਕਿਦਾਂ ਕੀ ਉਹਨਾਂ ਰਿਸ਼ਤਿਆਂ ਨੂੰ ਠੀਕ ਕਰਨ ਦੇ ਲਈ ਮੈਂ ਕੋਈ ਯਤਨ ਕਰ ਰਿਹਾ ਕਿ ਮੈਂ ਉਹਨਾਂ ਰਿਸ਼ਤੇ ਨੂੰ ਖਰਾਬ ਤਾਂ ਨਹੀਂ ਕਰ ਰਿਹਾ ਕਿ ਮੈਂ ਕਿਸੇ ਨੂੰ ਬਲੀਟਲ ਤਾਂ ਨਹੀਂ ਕਰ ਰਿਹਾ ਕੀ ਮੈਂ ਕਿਸੇ ਦੀ ਬੇਇੱਜ਼ਤੀ ਤਾਂ ਨਹੀਂ ਐਵੇਂ ਕਰੀ ਜਾਂਦਾ ਬਿਨਾ ਕਿਸੇ ਕਾਰਨ ਤੋਂ ਇਹ ਇਹ ਮਸਲੇ ਬੈਠ ਕੇ ਸੋਚਣ ਵਾਲੀਆਂ ਗੱਲਾਂ ਐ ਜਾ ਕੇ ਇਹ ਜਾਨੀ ਸੌਖੀਆਂ ਨਹੀਂ ਐ ਜਾ ਕੇ ਸੌਖੀਆਂ ਨਹੀਂ ਇਹ ਗੱਲ ਜਾ ਕੇ ਇਹ ਪਹਿਲਾਂ ਬੈਠ ਕੇ ਜ਼ੋਰ ਲਾ ਕੇ ਕੱਢਣ ਵਾਲੀ ਗੱਲ ਆ ਤੇ ਵੀ ਮੈਂ ਜੇ ਇੱਕਦਾਂ ਦਾ ਵੀ ਐਨਾਲਿਸਿਸ ਕਰਨ ਕਰਦਾ ਹੋਵੇ ਉਹ ਅੱਜ ਸਵੇਰ ਤੋਂ ਲੈ ਕੇ ਵੀ ਮੈਂ ਕੀ ਕਰਦਾ ਮੈਂ ਇਦਾਂ ਤਾਂ ਨਹੀਂ ਕਿ ਕਿਸੇ ਬੰਦੇ ਨੇ ਬੈਠਾ ਉਦੋਂ ਉਹਨੂੰ ਬਿਲਟਲ ਕਰੀ ਜਾਂਦਾ ਗੱਲਾਂ ਦੇ ਵਿੱਚ ਜਾਂ ਕੋਈ ਤੂੰ ਕੀ ਆ ਤੂੰ ਕੀ ਐ ਐਵੇਂ ਉਹਦੇ ਵਿੱਚ ਹੀ ਕਰਨ ਜਾ ਕੇ ਤੇ ਮੈਂ ਜਾਣ ਬੁੱਝ ਕੇ ਕਿਸੇ ਦਾ ਅਪਮਾਨ ਤਾਂ ਨਹੀਂ ਕਰਦਾ ਹੈ ਜਾ ਕੇ ਜਾਣ ਬੁੱਝ ਕੇ ਕਿਸੇ ਦਾ ਅਪਕਾਰ ਅਪਕਾਰ ਨਹੀਂ ਦਿੰਦੀ ਔਰ ਮੈਂ ਜੇ ਹੈਗਾ ਕਿ ਮੇਰੇ ਵਿੱਚ ਕੁਝ ਕੰਪੈਸ਼ਨ ਵੀ ਹੈਗਾ ਹੈ ਮੈਂ ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਖੁਸ਼ ਕਰਨ ਲਈ ਕੀ ਕਰ ਰਹੇ ਹਾਂ ਕੀ ਮੈਂ ਖੁਸ਼ ਕਰ ਰਿਹਾ ਜਾਂ ਮੈਂ ਉਹਨਾਂ ਦੇ ਪ੍ਰਤੀ ਵੀ ਸਖਤ ਭਾਸ਼ਾ ਹੀ ਬੋਲ ਰਿਹਾ ਜਾ ਕੇ ਠੀਕ ਹੈ ਨਾ ਇਹ ਇਹ ਹੁਣ ਦੇਖੋ ਤੁਸੀਂ ਆਪਣੇ ਬਜ਼ੁਰਗ ਕੋਲ ਆਉਨੇ ਆ ਤੁਸੀਂ ਆ ਕੇ ਉਹਦੇ ਕੋਲ ਬੈਠਦੇ ਆ ਤੁਸੀਂ ਪੁਰਾਣਾ ਨੂੰ ਦੱਸਦੇ ਆ ਜਾ ਕੇ ਪੇਵੇ ਜਾਂ ਛੋਟੇ ਹੁੰਦੇ ਸੀ ਤੂੰ ਤਾਂ ਡੈਡੀ ਬਹੁਤ ਸੈਟਲ ਹੀ ਕਰਦਾ ਹੁੰਦਾ ਹੈ ਦੇਖ ਤੂੰ ਸਾਨੂੰ ਉਥੇ ਮੇਲੇ ਲੈ ਜਾਂਦਾ ਹੁੰਦਾ ਸੀ ਉਹ ਕੁਝ ਨਹੀਂ ਚਾਹੁੰਦੇ ਤੁਹਾਤੋਂ ਉਹ ਜਿਹੜੇ ਤੁਹਾਤੋਂ ਕੁਝ ਨਹੀਂ ਚਾਹੁੰਦੇ ਹੈ ਜਾ ਕੇ ਉਹਨਾਂ ਨੂੰ ਪੈਸੇ ਪੁੱਛੇ ਨਹੀਂ ਤੁਹਾਤੋਂ ਲੈਣੇ ਉਹ ਸਿਰਫ ਚੰਦ ਸ਼ਬਦ ਚਾਹੁੰਦੇ ਆ ਤੁਹਾਤੋਂ ਜਿਹੜੇ ਜਿਹੜੇ ਔਰ ਤੁਸੀਂ ਉਹ ਵੀ ਨਹੀਂ ਦਿੰਦੇ ਉਹਨਾਂ ਨੂੰ ਜਾ ਕੇ ਉਹਨਾਂ ਨੇ ਉਹ ਇੱਕ ਥੋੜੀ ਸਾਈਡ ਟਰੈਕ ਚਲੇ ਗਏ ਤੁਸੀਂ ਜਿਹੜੀ ਸੈਲਫ ਐਨਾਲਿਸਿਸ ਦੀ ਗੱਲ ਆ ਆਪਣੀਆਂ ਬੁਰੀਆਂ ਆਦਤਾਂ ਜਾਂ ਬੁਰੇ ਕੰਮ ਜਾਂ ਤੁਹਾਡੇ ਜਿਹੜੀ ਬੁਰਾਈ ਆਕੀਆਂ ਦੀ ਪਰਸਨੈਲਿਟੀ ਦੇ ਵਿੱਚ ਬੁਰਾਈ ਹੈ ਪਰਸਾ ਉਹਨੂੰ ਐਨਾਲਾਈਜ਼ ਕਰਕੇ ਠੀਕ ਕਰਨਾ ਜਾਂ ਘਟੋਕਟ ਐਨਾਲਾਈਜ਼ ਕਰਕੇ ਉਜਾਗਰ ਕਰਨਾ ਹੈ ਆਪਣੇ ਆਪ ਨੂੰ ਦੱਸਣਾ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਈ ਲੋਕ ਬੁਰੇ ਲੋਕ ਆ ਉਹਨਾਂ ਨੇ ਕਦੇ ਆਪਣੇ ਆਪ ਨੂੰ ਐਨਾਲਾਈਜ਼ ਨਹੀਂ ਕੀਤਾ ਉਹਨਾਂ ਨੂੰ ਪਤਾ ਹੀ ਨਹੀਂ ਤਿੰਨ ਸਾਬ ਉਹ ਜਿਹੜਾ ਤੁਸੀਂ ਇੱਧਰ ਇੱਧਰ ਉਧਰ ਨਹੀਂ ਮੈਂ ਗਿਆ ਮੈਂ ਉਹ ਜਿਹੜਾ ਤੁਸੀਂ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਹੈ ਉਹਦੇ ਲਈ ਆਪਾਂ ਇਹ ਕਰ ਰਹੇ ਹਾਂ ਵੀ ਪਤਾ ਲਾਓ ਪਤਾ ਲਾਓ ਜੇ ਤੁਹਾਨੂੰ ਆਪਣੇ ਅਫਗਾਨਾ ਦਾ ਪਤਾ ਨਹੀਂ ਹੈ ਤਾਂ ਪਤਾ ਲਾਓ ਉਹਦਾ ਜਾ ਕੇ ਲੱਗਣਾ ਤਾਂ ਆ ਜਿਸ ਵੇਲੇ ਤੁਸੀਂ ਬੈਠ ਕੇ ਜ਼ੋਰ ਲਾ ਕੇ ਉੱਤੇ ਸੋਚਣਾ ਜਾ ਕੇ ਜਾ ਕੇ ਉਹ ਸੋਚੋ ਥਿੰਕ ਥਿੰਕ ਕਰੋ ਉਹਦੇ ਉੱਤੇ ਜਾ ਕੇ ਵੀ ਮੈਂ ਲੈਟਸ ਸੇ ਸੋਚ ਵੀ ਲਿਆ ਹਾਂ ਥਿੰਕ ਵੀ ਕਰ ਲਿਆ ਤੁਸੀਂ ਪਿੰਪੁਆਇੰਟ ਵੀ ਕਰ ਲਿਆ ਕਈ ਚੀਜ਼ਾਂ ਹਾਂ ਫਿਰ ਜਦੋਂ ਤੁਸੀਂ ਕਹਿਣਾ ਵੀ ਇਹ ਐਨਲਾਈਜ਼ ਕਰਕੇ ਦੇਖਣਾ ਇਹਨੂੰ ਡਿਸੈਕਟ ਕਰਕੇ ਦੇਖਣਾ ਵੀ ਇਹ ਕਿਉਂ ਹੋ ਰਿਹਾ ਇਹਨੂੰ ਕਿਵੇਂ ਠੀਕ ਕਰਾਂ ਹਾਂ ਫਿਰ ਤੁਹਾਡੇ ਮਨ ਵਿੱਚ ਖਿਆਲ ਹੋਣਾ ਕਿ ਇਸ ਤੋਂ ਬਿਨਾ ਹੋਰ ਚਾਰੇ ਕੀ ਸੀ ਮੇਰੇ ਕੋਲ ਲਿਖ ਦੇਖੋ ਇੱਕ ਸੈਲਫ ਡਿਫੈਂਸ ਆ ਇਹ ਕਈ ਲੋਕਾਂ ਦੇ ਵਿੱਚ ਤਾਂ ਸੈਲਫ ਡਿਸਟਰਕਟਿਵ ਬਿਹੇਵੀਅਰ ਆ ਉਹਨਾਂ ਦਾ ਉਹ ਤਾਂ ਆਪਣੇ ਆਪ ਨੂੰ ਹੀ ਤਬਾਹ ਕਰੀ ਜਾ ਰਹੇ ਆ ਕਈ ਲੋਕ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਉਹਨਾਂ ਦੇ ਵਿੱਚ ਮੈਕੈਨਿਜ਼ਮ ਹੈ ਉਹ ਜਿਹੜਾ ਡਿਫੈਂਡ ਕਰਨ ਦਾ ਮੈਕੈਨਿਜ਼ਮ ਹੈ ਉਹ ਤੁਹਾਨੂੰ ਸੁਧਾਰ ਨਹੀਂ ਕਰ ਦਿੰਦਾ ਮੈਂ ਕਹਿੰਦਾ ਕਿ ਆਪ ਸੈਲਫ ਅਨਲਿਸਿਸ ਹੀ ਕਰਨ ਦੀ ਬਜਾਏ ਸੈਕੰਡ ਬੰਦਾ ਕਰੇ ਤੁਸੀਂ ਸਭ ਮੈਂ ਤੁਹਾਨੂੰ ਇਹ ਦੱਸਦਾ ਜਾ ਕੇ ਇੱਕ ਤਾਂ ਜਿਹੜਾ ਜਦ ਸੈਕੰਡ ਬੰਦੇ ਨੇ ਤੁਹਾਡਾ ਕਰਨਾ ਨਾ ਤੁਸੀਂ ਅਫੈਂਡੇਡ ਫੀਲ ਕਰਨਾ ਤੁਸੀਂ ਵੀ ਇਹ ਇਹ ਯਾਰ ਮੈਨੂੰ ਕਹਿੰਦਾ ਤੇਰੇ ਚਾਹ ਨੁਕਸ ਹੈ ਤੁਸੀਂ ਗੁੱਡ ਫੀਲ ਨਹੀਂ ਕਰਨਾ ਜਿਸ ਵੇਲੇ ਤੁਸੀਂ ਆਪ ਆਪਣੇ ਤੇ ਨਿਗਾਹ ਮਾਰਨੀਆਂ ਜਾ ਕੇ ਉਹ ਤੁਸੀਂ ਆਫੈਂਡੇਡ ਫੀਲ ਨਹੀਂ ਕਰਨਾ ਤੁਸੀਂ ਆਪਣੇ ਮਨ ਦੇ ਵਿੱਚ ਇਹ ਸੋਚਣਾ ਹੈਗਾ ਜਾ ਕੇ ਵੀ ਮੇਰੇ ਚਾਹ ਕਮੀ ਆ ਜੇ ਹੁਣ ਮੈਂ ਤੁਹਾਨੂੰ ਕਹਾ ਜਾ ਕੇ ਕੋਈ ਕਮੀ ਹੈ ਤੁਸੀਂ ਮੈਨੂੰ ਕੋਈ ਕਮੀ ਨਹੀਂ ਕਹਾਂ ਮੈਂ ਉਹਨੂੰ ਉਸ ਲਾਈਟ ਵਿੱਚ ਨਹੀਂ ਲੈਣਾ ਜਿੱਦਾਂ ਜਦੋਂ ਮੈਂ ਆਪ ਆਪਣਾ ਅਨਲਿਸਿਸ ਕਰਨਾ ਹੁਣ ਜਿਹਦਾ ਤੁਸੀਂ ਕਹਿੰਦੇ ਬੰਦੇ ਸਦਾ ਹੀ ਡਿਫੈਂਡ ਨਹੀਂ ਕਰ ਉਹਨਾਂ ਲਈ ਆਪਾਂ ਇਹ ਕਰ ਰਹੇ ਹਾਂ ਜਾ ਕੇ ਵੀ ਤੁਸੀਂ ਇਦਾਂ ਨਾ ਕਰੋ ਇਦਾਂ ਨਾ ਕਰੋ ਦੂਜਾ ਪਾਸਾ ਵੀ ਦੇਖੋ ਇਹ ਦੱਸਣ ਦੀ ਤਾਂ ਲੋੜ ਹੀ ਨਹੀਂ ਹੈ ਬੰਦੇ ਨੂੰ ਜਾ ਕੇ ਵੀ ਤੂੰ ਆਪਣੀਆਂ ਸਫਤਾਂ ਦੇਖ ਦੇ ਆਪਣੀਆਂ ਸਫਤਾਂ ਕਹਿਣ ਦੀ ਲੋੜ ਇਹਨੂੰ ਆਪੇ ਦੇਖੀ ਜਾਣੀ ਆ ਉਹ ਤੇਰੀਆਂ ਨੂੰ ਲੱਗਦੀਆਂ ਲੋੜ ਇਸੇ ਗੱਲ ਦੀ ਹੈ ਜਿਹੜੀ ਆਪਾਂ ਹੁਣ ਕਰ ਰਹੇ ਹਾਂ ਜਾ ਕੇ ਹੁਣ ਕਰ ਰਹੇ ਹਾਂ ਵੀ ਇਹ ਦੇਖੋ ਮੇਰੇ ਚ ਕੋਈ ਮਾੜੇ ਟ੍ਰੇਟਸ ਨੇ ਉਹਨਾਂ ਨੂੰ ਬਦਲ ਕੇ ਠੀਕ ਕਰਨਾ ਛੋਟੇ ਛੋਟੇ ਗੱਲਾਂ ਤਨ ਸਾਹਿਬ ਨੇ ਕਿਹਾ ਪਰਿਵਾਰਾਂ ਦੇ ਵਿੱਚ ਮੈਂ ਕਹਿੰਦਾ ਛੋਟੀ ਗੱਲ ਹੈ ਇਹ ਵੀ ਕਿਸੇ ਨੇ ਉਹ ਗੱਲ ਕਹ ਦਿੱਤੀ ਤੁਸੀਂ ਉਹਦੇ ਉਲਟ ਗੱਲ ਕਹ ਦਿੱਤੀ ਉੱਥੇ ਤੁਸੀਂ ਝਗੜਾ ਸ਼ੁਰੂ ਕਰ ਲਿਆ ਜਾਗੇ ਜੇ ਹੁਣ ਆਪਾਂ ਇਹ ਸਮਝ ਲਈਏ ਵੀ ਮੈਂ ਇੱਕ ਦੂਜੇ ਬੰਦੇ ਨੂੰ ਆਪਾਂ ਉਹ ਚਾਰ ਰੱਖਣ ਦਾ ਅਧਿਕਾਰ ਦਿੰਨਾ ਜਾਂ ਮੈਂ ਉਹਨੂੰ ਕਹਿੰਦਾ ਨਹੀਂ ਭਈ ਤੂੰ ਵੀ ਇਦਾਂ ਹੀ ਸੋਚ ਜਿੱਦਾਂ ਮੈਂ ਸੋਚਦਾ ਜਾਂ ਠੀਕ ਹੈਂਦਾ ਜੀ ਉਦਾਂ ਦਾ ਸੋਚ ਕੀ ਜੇ ਆ ਮੈਂ ਇਹ ਮੰਨਦਾ ਜਾ ਕੇ ਭਈ ਤੈਨੂੰ ਇਹ ਸੋਚਣ ਦਾ ਅਧਿਕਾਰ ਹੈਗਾ ਠੀਕ ਹੈ ਤੇਰੀ ਗੱਲ ਵੀ ਸਹੀ ਹੋ ਸਕਦੀ ਹੈ ਜੇ ਇੱਥੇ ਆ ਜਾਈਂ ਜਾ ਕੇ ਜੇ ਇਹ ਇੱਥੇ ਆ ਜਵੇ ਜੇ ਮੈਂ ਇਦਾਂ ਦਾ ਇਹਨੇ ਮੇਰੀ ਗੱਲ ਹੀ ਸਹੀ ਹੈ ਮੇਰੀ ਗੱਲ ਹੀ ਸਹੀ ਹੈ ਮੇਰੀ ਦੂਜੇ ਦੀ ਗੱਲ ਸਹੀ ਹੋ ਹੀ ਨਹੀਂ ਸਕਦੀ ਆ ਕਿ ਫਿਰ ਜਿਹੜਾ ਹੈਗਾ ਫੇ ਕਮੀ ਹੈ ਕਿਤੇ ਜਾ ਕੇ ਫਿਰ ਤੁਹਾਡੇ ਵਿੱਚ ਜਿਹੜੀ ਹੈ ਗਈ ਦੇਖੋ ਤਨ ਸਾਹਿਬ ਇੱਕ ਮੈਂ ਤੁਹਾਨੂੰ ਦੱਸਾਂ ਜਿਹੜੀਆਂ ਬੰਦੇ ਦੀਆਂ ਮੁਸ਼ਕਿਲਾਂ ਆ ਨਾ ਮੁਸ਼ਕਿਲਾਂ ਆ ਸਹੀ ਮੈਨੇ ਬੱਜੇ ਮੈਂ ਤੁਹਾਨੂੰ ਕਹਾ ਮੁਸ਼ਕਿਲਾਂ ਨਾ ਹਾਲਾਤ ਤੋਂ ਨਹੀਂ ਪੈਦਾ ਹੁੰਦੀਆਂ ਜਿੰਨੀਆਂ ਖਿਆਲਾਂ ਤੋਂ ਪੈਦਾ ਹੁੰਦੀਆਂ ਹੂੰ ਇਹ ਤਾਂ ਗੱਲ ਪੱਕੀ ਹਾਂ ਉਹਨੇ ਹਾਲਾਤ ਨਹੀਂ ਖਰਾਬ ਹੁੰਦੇ ਜਿੰਨੇ ਸਾਡੇ ਖਿਆਲਤ ਖਰਾਬ ਹੋ ਜਾਂਦੇ ਹੁਣ ਆ ਜਿਹੜੀ ਆਪਾਂ ਗੱਲ ਕਰ ਰਹੇ ਆ ਇਹ ਖਿਆਲਤ ਨੂੰ ਹੀ ਠੀਕ ਕਰਨ ਲਈ ਕਰ ਰਹੇ ਹਾਂ ਹੂੰ ਤੇ ਖਿਆਲਤ ਠੀਕ ਹੋਣ ਤਾਂ ਤੁਹਾਡੀਆਂ ਮੁਸ਼ਕਿਲਾਂ ਘਟ ਜਾਣੀਆਂ ਜੇ ਸਾਨੂੰ ਬੰਦੇ ਚੰਗੇ ਲੱਗਣ ਲੱਗ ਪਿਆ ਬਾਹਰੋਂ ਮੁਸ਼ਕਿਲਾਂ ਘਟ ਜਾਣੀਆਂ ਜਾ ਕੇ ਇਹ ਤੁਹਾਨੂੰ ਇਹ ਲੱਗਦੇ ਆ ਕਿ ਲੋਕ ਮੇਰੇ ਪ੍ਰਤੀ ਬਹੁਤ ਚੰਗੇ ਆ ਦੇ ਆਰ ਵੈਰੀ ਕਾਈਂਡ ਟੂ ਮੀ ਦੇਖੇ ਮੇ ਮੇ ਦੇਖੋ ਮੇਰੇ ਭਰਾ ਨੇ ਮੇਰੇ ਆਲ ਕੀਤਾ ਮੇਰੀ ਭੈਣ ਨੇ ਆ ਕੀਤਾ ਮੇਰੇ ਘਰ ਵਾਲੇ ਨੇ ਜਾਂ ਘਰ ਵਾਲੀ ਨੇ ਆ ਕੀਤਾ ਮੇਰੇ ਦੋਸਤਾਂ ਮਿੱਤਰਾਂ ਨੇ ਆ ਕੀਤਾ ਤੁਹਾਡੀ ਲਾਈਫ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਮਠਾਸ ਆ ਜਾਊਗੀ ਪਰ ਬੰਦੇ ਦੇ ਵਿੱਚ ਨਾ ਅਨਗ੍ਰੇਟਫੁਲ ਫੀਲਿੰਗਸ ਬਹੁਤ ਨੇ ਹਾਂ ਉਹ ਕਹਿੰਦਾ ਜੇ ਕਰਿਆ ਇਹਨਾਂ ਨੇ ਆਪਦੇ ਲਈ ਕਰਿਆ ਹੋਣਾ ਇਹਨਾਂ ਦੇ ਫਿਰ ਕਿਉਂਗਾ ਜੇ ਕਰਤਾ ਭਰਾ ਮੇਰਾ ਇਹਦੇ ਫਰਜ਼ ਬਣਦਾ ਮੈਂ ਸਿੰਘ ਸਾਹਿਬ ਮੈਂ ਸਮਝਦਾ ਇਹ 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 ਬੱਚਿਆਂ ਦੇ ਵਿੱਚ ਵੀ ਇਹਹੀ ਫੀਲਿੰਗ ਆਉਂਦੀ ਹੈ ਜਾ ਕੇ ਜਾ ਕੇ ਵੀ ਸਾਡੇ ਲਈ ਕੀ ਕੀਤਾ ਇਹ ਇਹ ਕਾਫੀ ਬੱਚੇ ਸਾਰੇ ਨਹੀਂ ਮੈਂ ਕਹਿੰਦਾ ਕਾਫੀ ਬੱਚੇ ਹੈਗੇ ਜਿਹੜੇ ਪੇਰੈਂਟਸ ਪਤੀ ਇਹ ਐਟੀਟਿਊਡ ਲੈ ਰਹੇ ਸਾਡੇ ਲਈ ਕੀ ਕੀਤਾ ਇਹ ਨਹੀਂ ਜਾ ਕੇ ਆਪਣੇ ਲਈ ਕੀਤਾ ਜਾਗੇ ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ ਜੀ ਉਹੋ ਜਾ ਕੇ ਉਹ ਤੋਂ ਫੀਸਾਂਸੀ ਦੇ ਹੁੰਦੀ ਜਾਗੇ ਜੀ ਫੀਸ ਦੇਣਾ ਸੀ ਹੁੰਦੀ ਉਹ ਟਿਊਸ਼ਨ ਟਿਊਸ਼ਨ ਕਰਕੇ ਪੜ ਗਿਆ ਚੰਗਾ ਤਸੀਲਾਰ ਲੱਗ ਗਿਆ ਜਾਗੇ ਜੀ ਤਸੀਲਾਰ ਲੱਗਿਆ ਘਰ ਦੇ ਵਿੱਚ ਇੱਕ ਵਾਰ ਇਹ ਹਾਲਤ ਹੋ ਗਈ ਜੀ ਕਿ ਉਹਨਾਂ ਕੋਲ ਖਾਣ ਲਈ ਮਾਂ-ਬਾਪ ਕੋ ਆਟਾ ਨਹੀਂ ਸੀ ਤਾਂ ਉਹ ਉਹ ਕੋ ਗਏ ਉੱਥੇ ਜੀ ਤਸੀਲਾਰ ਕੋ ਤਸੀਲਾਰ ਕੋ ਗਏ ਜਾ ਕੇ ਆਪਣੇ بیٹے ਕੋ ਗਏ ਬੇ ਪੁੱਤ ਕਰਦੇ ਉਹ ਕਹਿੰਦਾ ਉਹ ਚੇਤਾ ਕਹਿੰਦਾ ਜਿਸ ਵੇਲੇ ਮੇਰੀ ਫੀਸਾਂਸੀ ਦਿੰਦੇ ਹੁੰਦੇ ਆ ਉਹਦਾ ਐਟੀਟਿਊਡ ਸੀ ਮੋਰ ਪਰ ਜਾਇ ਇਸ ਦੇ ਹੁਣ ਇਹਦੇ ਚ ਕੀ ਕਮੀ ਹੈ ਇਹ ਮੈਂ ਕਹਿੰਦਾ ਭਈ ਹਾਜੇ ਹੋਈ ਹੋ ਜੇ ਉਹਦੇ ਅੰਦਰ ਗ੍ਰੈਟੀਟਿਊਡ ਕੁਝ ਹੁੰਦਾ ਤਾਂ ਇਹ ਜਵਾਬ ਨਾ ਮਾਂ-ਬਾਪ ਨੂੰ ਦਿੰਦਾ ਜਾ ਕੇ ਇਹ ਹੀ ਦੇਖ ਲੈਂਦਾ ਭਈ ਨਹੀਂ ਮੈਨੂੰ ਆਪ ਕੁਝ ਕੀਤਾ ਹੁਣ ਨਵੀਂ ਫਿਲਾਸਫੀ ਇਹ ਚੱਲ ਪਈ ਕਹਿੰਦੇ ਵੀ ਜੇ ਇਸ ਕੇਸ ਦੇ ਵਿੱਚ ਵੀ ਉਹ ਕਹਿੰਦੇ ਮਾਂ-ਪਿਓ ਦਾ ਹੀ ਕਸੂਰ ਆ ਕਿਉਂ ਕਿਉਂਕਿ ਉਹਦੀ ਪਰਵਰਿਸ਼ ਇਸ ਤਰ੍ਹਾਂ ਦੀ ਕੀਤੀ ਉਹਨੂੰ ਟਰੋਮਾਜ਼ ਇਹੋ ਜਿਹੇ ਦਿੱਤੇ ਜਦੋਂ ਉਹ ਬੱਚਾ ਸੀ ਜਾਂ ਉਹ ਫੀਸ ਲੈਂਦਾ ਸੀ ਉਸ ਵੇਲੇ ਉਹਦੀ ਪਰਵਰਿਸ਼ ਦੇ ਵਿੱਚ ਇੰਨੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਮਾਂ-ਪਿਓ ਨੇ ਉਹਨੂੰ ਠੀਕ ਟ੍ਰੀਟ ਨਹੀਂ ਕੀਤਾ ਬੱਚੇ ਦੇ ਮਨ ਦੇ ਵਿੱਚ ਕੋਈ ਐਸੇ ਦਹਿਲ ਬੈਠ ਗਏ ਕੁਛ ਐਸੇ ਟਰਮਾਸ ਬੈਠ ਕੇ ਜਿਸ ਕਰਕੇ ਉਹਦੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੋਗੀ ਦੇਖੋ ਤੈਂცა ਵੀ ਇਹ ਵੀ ਇੱਕ ਹੈਗੀ ਹੈ ਇਹ ਹੈਗੀ ਹੈ ਬਿਲਕੁਲ ਹੈਗੀ ਹੈ ਪਰ ਇਹ ਇਹ ਤੇ ਆਪਾਂ ਅੱਗੇ ਗੱਲ ਕਰ ਚੁੱਕੇ ਹਾਂ ਇਸ ਗੱਲ ਤੇ ਕਿਉਂਕਿ ਮੈਂ ਇਹ ਗੱਲ ਕਹਿ ਚੁੱਕਾ ਪੇ ਮਾਪੇ ਤੇ ਬਿਲਕੁਲ ਬਲੇਮ ਨਹੀਂ ਦੇਉ ਕਿਉਂਕਿ ਉਹੀ ਉਨੀ ਸਿੱਖੇ ਤੁਹਾਨੂੰ ਦੇਣੀ ਹੈ ਜਿਹਦੇ ਉਹ ਜੋਗਿਆ ਜੇ ਦੇ ਉਜੋਗ ਹੀ ਨਹੀਂ ਉਹ ਕਿਦਾਂ ਦੇ ਸਕਦੇ ਮੈਂ ਹੁਣ ਉਹੀ ਗੱਲ ਕਰ ਸਕਦਾ ਜਿੰਨੀ ਕੁ ਮੈਨੂੰ ਅਕਲ ਹੈ ਮੈਂ ਆਪਣੀ ਅਕਲ ਤੋਂ ਬਾਹਰ ਕਿਦਾਂ ਗੱਲ ਕਰਦਾ ਹਾਂਗਾ ਸੋ ਮਾਂ ਬਾਪ ਦੀ ਮਾਂ ਬਾਪ ਦੀ ਜਿਹੜੀ ਕੋ ਭਾਵਨਾ ਨਹੀਂ ਹੁੰਦੀ ਬੱਚੇ ਨੂੰ ਖਰਾਬ ਕਰਨ ਦੀ ਵੀ ਮੈਨੂੰ ਗਲਤ ਰੇਜ਼ ਕਰਾ ਭਾਵਨਾ ਉਹਨਾਂ ਦੀ ਠੀਕ ਹੁੰਦੀ ਆ ਪਰ ਹੁਣ ਜਿੰਨੀ ਯੋਗਤਾ ਹੈ ਅਯੋਗਤਾ ਦੇ ਮੁਤਾਬਕ ਉਹਨੂੰ ਕਰੀ ਜਾਂਦੇ ਆ ਜਾ ਕੇ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਜੇ ਅਸੀਂ ਆਪਣੇ ਬੱਚਿਆਂ ਦੀ ਸਾਡੀ ਭਾਵਨਾ ਤਾਂ ਮਾੜੀ ਨਹੀਂ ਸੀ ਪਰ ਜ਼ਰੂਰੀ ਥੋੜੋ ਬੇ ਉਦਾਂ ਦੇ ਮਹਾਨ ਇਨਸਾਨ ਬਣ ਗਏ ਜਿੱਦਾਂ ਦੇ ਆਪਾਂ ਚਾਹੁੰਦੇ ਹੋਗੇ ਨਹੀਂ ਬਣਦੇ ਜਾਗੇ ਕਿਉਂਕਿ ਸਾਡੇ ਵਿੱਚ ਵੀ ਜਿੱਦਾਂ ਤੁਸੀਂ ਕਹਿੰਦੇ ਵੀ ਨਹੀਂ ਚੰਗਾ ਟ੍ਰੇਨ ਕੀਤਾ ਉਹ ਸਾਡੇ ਵਿੱਚ ਤਾਂ ਚੰਗਾ ਨਹੀਂ ਟ੍ਰੇਨ ਕੀਤਾ ਕਿਉਂ ਸਾਡੇ ਤੇ ਆਪਣੀ ਯੋਗਤਾ ਨਹੀਂ ਸਹੀ ਜਾਗੇ ਸੋ ਮਾਂ-ਬਾਪ ਨੂੰ ਜਿਹੜਾ ਬਲੇਮ ਉਹਦੇ ਵਿੱਚ ਮੈਂ ਮੈਂ ਨਹੀਂ ਕਰਦਾ ਕਿਉਂਕਿ ਮਾਂ-ਬਾਪ ਦੀ ਇੱਛਾ ਤਾਂ ਥੋੜੋ ਹੁੰਦੀ ਆ ਵੀ ਮੇਰਾ ਬੱਚਾ ਖਰਾਬ ਹੋਵੇ ਜਾਗੇ ਪਰ ਹੁਣ ਉਹਨਾਂ ਦੀ ਵੱਸ ਦੀ ਗੱਲ ਹੀ ਹੈ ਜਿੰਨੀ ਉਹਨਾਂ ਨੂੰ ਸਮਝ ਹੈਗੀ ਉਹਦੇ ਮੁਤਾਬਕ ਹੋ ਕਰ ਕਰ ਲੈਂਦੇ ਆ ਪਰ ਹਰ ਇੱਕ ਇੰਡੀਵਿਜੂਅਲ ਦੀ ਆ ਉਸ ਨੇ ਉਸ ਬੱਚੇ ਦੀ ਅਮ ਜਿਹੜੀ ਆਪਣੀ ਯੋਗਤਾ ਆਪਣੇ ਆਪ ਨੂੰ ਐਨਾਲਾਈਜ਼ ਕਰਕੇ ਤੇ ਆਪਣੇ ਫਾਲਟਸ ਨੂੰ ਸਾਹਮਣੇ ਲਿਆਉਣ ਦੀ ਸਾਈਕੋਲੋਜੀ ਟੁਡੇ ਇੱਕ ਮੈਗਜ਼ੀਨਿਕ ਲਿਖੋ ਜਿਸ ਮੈਂ ਇੱਕ ਵਾਰੀ ਪੜਿਆ ਉਹ ਕਹਿੰਦੇ ਵੀ ਰੋਜ਼ ਲਿਸਟ ਬਣਾਓ ਚੀਜ਼ਾਂ ਦੀ ਪਹਿਲਾਂ ਲਿਸਟ ਬਣਾਓ ਤੁਹਾਡੇ ਚੇਤੇ ਰਹਿਣ ਦੀ ਜ਼ਬਾਨੀ ਇਹ ਗੱਲ ਮਾੜੀ ਕੀਤੀ ਅੱਜ ਬਾ ਮਾੜੀ ਹੋਈ ਆ ਬਾ ਮਾੜੀ ਹੋਈ ਆ ਗੱਲ ਮਾੜੀ ਹੋਈ ਫਿਰ ਕੱਲੀ ਕੱਲੀ ਤੇ ਸੋਚੋ ਉਹਨੂੰ ਜਸਟੀਫਾਈ ਨਾ ਕਰੋ ਤੁਸੀਂ ਵੀ ਮੈਨੂੰ ਕਿਵੇਂ ਕਰੈਕਟ ਕਰ ਸਕੋ ਕਹਿੰਦੇ ਜੇ ਬਾਰ ਬਾਰ ਕਰੋਗੇ ਸ਼ਾਇਦ ਨੈਕਸਟ ਟਾਈਮ ਤੁਸੀਂ ਉਹ ਰਿਪੀਟ ਨਾ ਕਰੋ ਠੀਕ ਆਈ ਐਗਰੀ ਪਰ ਕੰਦੇ ਤੇਈ ਗੱਲਾਂ ਪਰਸਨੈਲਿਟੀ ਚ ਆਈਆਂ ਐ ਇਨਟ੍ਰਿੰਚ ਹੋ ਜਾਂਦੀਆਂ ਬਚਪਨ ਤੋਂ ਹੀ ਉਹ ਕਹਿੰਦੇ ਤੁਸੀਂ ਹਟਦੇ ਨਹੀਂ ਸਰ ਮੇਰਾ ਦਾ ਡੂ ਵਟ ਯੂ ਕੈਨ ਜਿਹੜਾ ਤੁਸੀਂ ਜੇ ਤੁਹਾਡੇ ਚ ਯੋਗਤਾ ਹੀ ਹੈ ਨਹੀਂ ਫੇਡ ਵੀ ਕਰੂੰਗੇ ਪਰ ਜਿਹੜਾ ਅੰਦਰ ਹੈਗਾ ਉਹਨੂੰ ਤਾਂ ਉਹਨੂੰ ਤਾਂ ਯੂਜ਼ ਕਰੋ ਉਹਨੂੰ ਤਾਂ ਘੱਟ ਨਹੀਂ 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 ਯੋਗਤਾ ਹੈਗੀ ਆ ਜੇ ਯੋਗਤਾ ਹੈ ਤਾਂ ਵੀ ਹੈਗਾ ਰੈਕੋਗਨਾਈਜ਼ ਵੀ ਕਰ ਲਿਆ ਪਰ ਕਰ ਨਹੀਂ ਹੁੰਦਾ ਕਿਉਂਕਿ ਉਹ ਤੁਹਾਡੇ ਖੁਦ ਜਾਂਦੇ ਉੱਕਰ ਜਾਂਦੀ ਹੈ ਮਨ 'ਚ ਮਨ ਦੇ ਵਿੱਚ ਸਸੇ ਜੇ ਨਹੀਂ ਕਰ ਹੁੰਦਾ ਤਾਂ ਇਹਦਾ ਮਤਲਬ ਜੋਰ ਲਾਉਣ ਦੇ ਬਾਅਦ ਫੇਰ ਇਹਦਾ ਮਤਲਬ ਯੋਗਤਾ ਹੈ ਨਹੀਂ ਜੇ ਮੈਂ ਪਹਿਲਵਾਨ ਬਣਨਾ ਚਾਹੁੰਨਾ ਚੈਂਪੀਅਨ ਬਣਨਾ ਮੈਂ ਬੈਠ ਕਾ ਕੱਢਣ ਦੇ باوجود ਵੀ ਮੇਤੋਂ ਨਹੀਂ ਬਣ ਹੁੰਦਾ ਇਹਦਾ ਮਤਲਬ ਮੇਰੇ 'ਚ ਯੋਗਤਾ ਹੈ ਨਹੀਂ ਜਾ ਕੇ ਜਾ ਕੇ ਮੈਂ ਐਮਏ ਨੇ ਵਿੱਚੋਂ ਫਰਸਟ ਆਉਣਾ ਚਾਹੁੰਨਾ ਮੈਂ ਬਹੁਤ ਮਿਹਨਤ ਕਰਦਾ ਹੈ ਜਾ ਕੇ ਫਿਰ ਵੀ ਮੇਤੋਂ ਫਰਸਟ ਨਹੀਂ ਆ ਹੁੰਦਾ ਇਹਦਾ ਮਤਲਬ ਇਹ ਨਹੀਂ ਹੈ ਵੀ ਮੇਰੇ 'ਚ ਕਸਰ ਹੈ ਮੇਰੇ 'ਚ ਯੋਗਤਾ ਹੀ ਹੁੰਦੀ ਹੈ ਮੈਂ ਹੁਣ ਪੜਾਉਂਦਾ ਸੀਗਾ ਉੱਤੇ ਜਾ ਕੇ ਇੱਕ ਸਟੂਡੈਂਟ ਨੇ ਮੇਰਾ ਲੈਕਚਰ ਸੁਣ ਕੇ ਯੂਨੀਵਰਸਿਟੀ ਵਿੱਚ ਫਰ ਠੀਕ ਹੈ ਉਹ ਫੇਲ ਉਹਨੇ ਕਈ ਵਾਰ ਇੰਦਾ ਵੀ ਸੀ ਉਹ ਫੇਲ ਹੋਣਾ ਦਾ ਜ਼ੋਰ ਬਹੁਤ ਲਾਉਂਦਾ ਦੀ ਰਾਤੇ ਪੜਦਾ ਰਹਿੰਦਾ ਸੀ ਉਹ ਯੋਗਤਾ ਦੀ ਗੱਲ ਵੀ ਉੱਥੇ ਆ ਜਾਂਦੀ ਹੈ ਸੋ ਮਸਲੇ ਜਿਹੜੇ ਹੈਗੇ ਆ 301 ਮੇਸ ਨੂੰ ਹੋਰ ਗੱਲ ਦਾ ਮੈਂ ਤਾਂ ਇੱਥੇ ਤਾਂ ਜ਼ੋਰ ਲਾਉਣਾ ਜਾ ਕੇ ਵੀ ਦੇਖੋ ਜਿਹੜੀ ਬਾਹਰਲੀ ਖੂਬਸੂਰਤੀ ਹੈ ਇਹ ਤਾਂ ਹਟਣੀ ਹਟਣੀ ਹੈ ਇਹ ਤਾਂ ਇਹ ਤਾਂ ਚਲੀ ਜਾਣੀ ਹੈ ਜਿਹੜੀ ਅੰਦਰਲੀ ਤੁਹਾਡੀ ਖੂਬਸੂਰਤੀ ਹੈ ਉਹਨੂੰ ਤੁਸੀਂ ਵਧਾ ਸਕਦੇ ਆ ਮਰਨ ਦੇ ਅੰਦਰ ਸਾਡਾ ਖੂਬਸੂਰਤ ਹੋਵੇ ਅੰਦਰਲੀ ਖੂਬਸੂਰਤੀ ਜਿਹੜੀ ਹੈ ਉਹਨੂੰ ਤੁਸੀਂ ਐਡਾ ਸੋਚ-ਸੋਚ ਕੇ ਆਪਣੇ ਆਪ ਨੂੰ ਬੈਟਰ ਇਨਸਾਨ ਕਰਕੇ ਚੰਗੇ ਰਿਲੇਸ਼ਨ ਕਰਕੇ ਹਾ ਜਿਹੜਾ ਹੈਗਾ ਸ਼ੁਕਰਗੁਜ਼ਾਰੀ ਲੈ ਕੇ ਕੰਪੈਸ਼ਨ ਲੈ ਕੇ ਚੰਗੇ ਇਨਸਾਨ ਬਣ ਸਕਦੇ ਆ ਤੇ ਜਿਹੜੀ ਹੈਗੇ ਬਾਹਰੋਂ ਤਾਂ ਘਟਣਾ ਕਿਹਣਾ ਮੈਂ ਤੁਹਾਨੂੰ ਇੱਕ ਦਿਨ ਦੀ ਗੱਲ ਦੱਸਦਾ ਇੱਕ ਦਿਨ ਗੱਲ ਮੈਂ ਉੱਤੇ ਖੜਾ ਜੀ ਤੇ ਮੈਂ ਮੈਂ ਨਰਮਲੂ ਕੇ ਮੰਦਰੋਂ ਦਾ ਸ਼ੀਸ਼ਾ ਆਪਣਾ ਬਹੁਤ ਪੁਰਾਣਾ ਆ ਇਹਦਾ ਪਾਣੀ ਖਰਾਬ ਹੋ ਗਿਆ ਲੱਗਦਾ ਮੈਨੂੰ ਮੈਨੂੰ ਪਾਣੀ ਖਰਾਬ ਹੋ ਗਿਆ ਇਹ ਹੋਰੇ ਤਰ੍ਹਾਂ ਲੱਗਦਾ ਉਹ ਮੈਨੂੰ ਕਹਿੰਦੀ ਇਹਦਾ ਪਾਣੀ ਖਰਾਬ ਨਹੀਂ ਹੋਇਆ ਆਪਣੀ ਹੀ ਸ਼ਕਲਾਂ ਖਰਾਬ ਹੋ ਗਈਆਂ ਇਸ ਸ਼ੀਸ਼ੇ ਦੀ ਨੁਕਸਦੀ ਨਹੀਂ ਹੈ ਕੋਈ ਵੀ ਇਹ ਆਪਣੀ ਹੀ ਸ਼ਕਲਾਂ ਖਰਾਬ ਹੋ ਗਈਆਂ ਸੋ ਬਾਹਰਲੀ ਸ਼ਕਲ ਤਾਂ ਖਰਾਬ ਹੋਣੀ ਹੋਣੀ ਹੈ ਪਰ ਜਿਹਨੀਆਂ ਮੈਂ ਕਹਿੰਦਾ ਮੁਬਾਰਕ ਆ ਰੂਹਾਂ ਜਿਹੜੇ ਚੰਗੇ ਬੰਦੇ ਆ ਜਿਹੜੇ ਅੰਦਰਲੀ ਖੂਬਸੂਰਤੀ ਮੇਨਟੇਨ ਕਰ ਸਕਦੇ ਰੱਖ ਸਕਦੇ ਤੇ ਪ੍ਰੋਫੈਸਰ ਸਾਹਿਬ ਔਰ ਤੁਸੀਂ ਕੀ ਕਹਿਣਾ ਚਾਹੋਗੇ ਐਨਲਿਸਿਸ ਬਾਰੇ ਦੇਖੋ ਨੈਲਸਨ ਬਾਰੇ ਮੈਂ ਇੱਕ ਦੇਖੋ ਦੇਖੋ ਜਿਹੜਾ ਵਿਕਾਸ ਦਾ سلسلہ ਇਹ ਤਾਂ ਜਾਰੀ ਹੈ ਦੁਨੀਆ ਦੇ ਵਿੱਚ ਇਹ ਵਿਕਾਸ ਹੁੰਦਾ ਹੈ ਹਰ ਬੰਦਾ ਇਸ ਚ ਕੰਟਰੀਬਿਊਟ ਕਰਦਾ ਅੱਗੇ ਵੀ ਆਪਾਂ ਇੱਥੇ ਗੱਲ ਕੀਤੀ ਹੈ ਜਾ ਕੇ ਕਿ ਕੋਈ ਖਾਸ ਬੰਦੇ ਨਹੀਂ ਹੈ ਸੋਸਾਇਟੀ ਨੂੰ ਪੋਸ਼ਕ ਕਰ ਰਹੇ ਅੱਗੇ ਹਰ ਬੰਦਾ ਉਹਦੇ ਵਿੱਚ ਯੋਗਦਾਨ ਪਾ ਰਿਹਾ ਜਾ ਕੇ ਅੱਛਾ ਆਪਣੇ ਆਪਣੇ ਜਿਹੜੇ ਹੈਗੇ ਆ ਉਹ ਤਜਰਬੇ ਆ ਹੁਣ ਕਿੱਦਾਂ ਹੁੰਦੀ ਹੈ ਦੇਖੋ ਵਿਕਾਸ ਕਿੱਦਾਂ ਹੁੰਦਾ ਹੈ ਜ ਮੈਂ ਤੁਹਾਨੂੰ ਇਹਦੇ ਵਿੱਚ ਵੈਸੇ ਇਹਨਾਂ ਲਿੰਕ ਤਾਂ ਆ ਕਿਉਂਕਿ ਇੱਕ ਤਾਂ ਅਸੀਂ ਇਹ ਆ ਕਿ ਅਸੀਂ ਐਕਸਪੈਰੀਮੈਂਟ ਆਪ ਤਜਰਬਾ ਕਰਕੇ ਦੇਖਦੇ ਹਾਂ ਤੇ ਆਹ ਗੱਲ ਚੰਗੀ ਆ ਅਸੀਂ ਫਿਰ ਉਹ ਪੱਕੀ ਹੁੰਦੀ ਆ ਗੱਲ ਜਿਹੜਾ ਆਪ ਤਜਰਬਾ ਕਰਕੇ ਦੇਖਿਆ ਪੱਕੀ ਉਹ ਗੱਲ ਪੱਕੀ ਹੁੰਦੀ ਆ ਪਰ ਮਹਿੰਗੀ ਬਹੁਤ ਪੈਂਦੀ ਹੈ ਜਿਹੜਾ ਆਪਣੇ ਤਜਰਬੇ ਕਰਕੇ ਗਲਤੀਆਂ ਕਰਕੇ ਸਿੱਖਣਾ ਜਾਂ ਕਿ ਸਿੱਖਦੇ ਰਹਿਗੇ ਤੁਸੀਂ ਪੱਕੀ ਗੱਲ ਸਿੱਖ ਲੈਂਦੇ ਆ ਪਰ ਮਹਿੰਗਾ ਬਹੁਤ ਪੈਂਦਾ ਜਿਹੜਾ ਬੰਦਾ ਦੂਜੇ ਦੇ ਤਜਰਬੇ ਤੋਂ ਸਿੱਖ ਲੈਂਦਾ ਉਹ ਸ਼ਾਇਦ ਉਹਨਾ ਪੱਕਾ ਨਾ ਹੋਵੇ ਪਰ ਉਹ ਸੋਖਾ ਰਾਇਆ ਉਹ ਜੋ ਫਾਇਦਾ ਬਹੁਤ ਹੋ ਜਾਂਦਾ ਜੇ ਦੂਜੇ ਦੇ ਤਜਰਬੇ ਤੋਂ ਬਹੁਤ ਬਚਦਾ ਟਾਈਮ ਬਹੁਤ ਬਈ ਦੂਜੇ ਦੇ ਤਜਰਬੇ ਤੋਂ ਸਿੱਖਿਆ ਸੋ ਮੈਂ ਇੱਕ ਗੱਲ ਇਦਾਂ ਕਹਿਣਾ ਚਾਹੁੰਦਾ ਵੀ ਜਿਹੜੀਆਂ ਗੱਲਾਂ ਆਪਾਂ ਇੱਥੇ ਕਰਦੇ ਆ ਜਿਹੜੇ ਸਾਡੇ ਸੁਣਨ ਵਾਲੇ ਆ ਇਹਨੂੰ ਸੁਣ ਲੈਣ ਸੁਣ ਕੇ ਉਹ ਜਿਹੜੇ ਹੈਗੇ ਇਹ ਸਾਡੇ ਜਿਹੜੇ ਹੁਣ ਮੇਰੀ ਉਮਰ ਕਿੰਨੀ ਆ ਜਿਹੜੇ ਮੈਂ ਆਪਣੇ ਤਜਰਬੇ ਦੱਸ ਦਿੰਦਾ ਇੱਥੇ ਆ ਕੇ ਜਾ ਕੇ ਉਹਨਾਂ ਨੂੰ ਆਪਣੇ ਤਜਰਬਿਆਂ ਦੇ ਵਿੱਚ ਐਡ ਕਰੋ ਜਿਹੜੇ ਤੁਹਾਡੇ ਆਪਣੇ ਤਜਰਬੇ ਆ ਉਹ ਵਿੱਚ ਐਡ ਕਰੋ ਹੁਣ ਉਹ ਤਜਰਬਾ ਕਰਕੇ ਫਿਰ ਤੁਸੀਂ ਅਗਲੀ ਪੀੜ੍ਹੀ ਨੂੰ ਦੇ ਦਿਓ ਜਿੱਦਾਂ ਪਿੱਛੋਂ ਆਪਣੇ ਰਿਲੇ ਰੇਸ ਚੱਲਦੀ ਆ ਫੇ ਅਗਲੀ ਪੀੜ੍ਹੀ ਤੋਂ ਆਪਣੇ ਤਜਰਬਿਆਂ ਦਾ ਡੰਡਾ ਉਹਨਾਂ ਨੂੰ ਫੜਾ ਦਿਓ ਫੇ ਚਲੋ ਵੀ ਅੱਗੇ ਚਲੇ ਜਾ ਕੇ ਸੋ ਉਹਦੇ ਵਿੱਚ ਉਹ ਤਾਂ ਹੀ ਹੋ ਸਕਦੀ ਹੈ ਗੱਲ ਜੇ ਵੀ ਅਸੀਂ ਇਹ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਕੀ ਆ ਇਹ ਜਿਹੜਾ ਅੱਜ ਦਾ ਆਪਣੀ ਗੱਲ ਕੀਤੀ ਆ ਏਸੀ ਗੱਲ ਕਰਕੇ ਕੀਤੀ ਆ ਕਿ ਕਮਜ਼ ਕਮ ਜਿਹੜਾ ਹੈਗਾ ਬੰਦੇ ਨੂੰ ਜੇ ਇਹ ਹੀ ਨਹੀਂ ਪਤਾ ਵੀ ਮੈਂ ਕੀ ਆ ਜਾ ਕੇ ਜੀ ਤ ਤਾਂ ਮੈਂ ਕੌਣ ਆ ਮੇਰੇ ਅੰਦਰ ਕੀ ਕਿਹੜੀਆਂ ਚੰਗੀਆਂ ਸ਼ਕਤੀਆਂ ਕਿਹੜੀਆਂ ਮਾੜੀਆਂ ਸ਼ਕਤੀਆਂ ਲੋਕਾਂ ਦਾ ਮੇਰਾ ਵਿਵਹਾਰ ਕਿਦਾਂ ਦਾ ਆ ਮੈਂ ਕੀ ਜੀ ਇਹ ਹੀ ਨਹੀਂ ਪਤਾ ਹੈਗਾ ਤੁਸੀਂ ਆਪਣੇ ਆਪ ਨੂੰ ਫੰਨੇ ਖਾਂ ਹੀ ਸਮਝੀ ਜਾਂਦੇ ਆ ਜਿਹੜਾ ਕਿ ਹਰ ਬੰਦਾ ਸਮਝਦਾ ਫਿਰ ਜਿਹੜਾ ਮੇਰਾ ਸਮਝਾ ਵਿਕਾਸ ਦੇ ਵਿੱਚ ਤੁਹਾਡਾ ਨੈਗੇਟਿਵ ਰੋਲ ਹੋਣਾ ਫੇ ਜਾਗੇ ਦੇਖੋ ਤੁਸੀਂ ਸਿੰਘ ਸਾਹਿਬ ਜਿਹੜੀ ਨਿਮਰਤਾ ਆ ਇਹ ਇੱਕ ਗੁਣ ਆ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਮੇਰੇ ਜ ਨਿਮਰਤਾ ਕਿੰਨੀ ਗਿਆ ਮੇਰੇ ਜ ਹੌਟੀਨੈਸ ਕਿੰਨੀ ਗਿਆ ਮੈਂ ਜਿਵੇਂ ਹੰਕਾਰੀ ਕਿਨਾ ਕਿ ਮੈਂ ਦੂਜੇ ਨੂੰ ਕੀ ਸਮਝਦਾ ਜਾ ਕੇ ਠੀਕ ਹੈ ਇਹ ਬਹੁਤ ਇਹ ਜਿਹੜਾ ਸਾਡੇ ਵਿੱਚ ਜਿਹੜੀ ਇੱਕ ਪਤਾ ਨਹੀਂ ਮੈਨੂੰ ਕੀ ਗੱਲ ਜਾਣੀ ਹੈ ਹੌਮੇ ਜਿਹਨੂੰ ਆਪਾਂ ਬਾਣੀ ਚ ਕਹਿੰਦੇ ਆ ਜਹੀਗੋ ਕਹਿੰਦੇ ਇਹ ਸਟੈਪ ਸਟੈਪ ਤੇ ਆਉਂਦੀ ਹੈ ਸਟੈਪ ਸਟੈਪ ਤੇ ਆਉਂਦੀ ਹੈ ਮਰਾਜ ਦੇ ਕੋਲ ਤੋਂ ਨੰਗਣ ਲੱਗਾ ਬੈਗਾ ਉੱਥੇ ਹੌਮੇ ਆ ਜਾਂਦੀ ਜਾ ਕੇ ਵੀ ਮੇਰੇ ਨੂੰ ਦੇਖਦਾ ਕਿਦਾਂ ਹੈ ਮੇਰੇ ਕਲ ਸੋ ਇਹ ਤੋਂ ਵੀ ਇੱਕ ਤਾਂ ਥੋੜੀ ਦੇਖਣ ਵਾਲੀ ਆ ਫਿਰ ਨਿਮਰਤਾ ਇੱਕ ਗੋਣਿਆ ਕਮਜ਼ੋਰੀ ਨਹੀਂ ਹੈ ਤੁਹਾਡੀ ਜਾ ਕੇ ਇਹ ਨਾ ਸਮਝਿਆ ਜਾਵੇ ਬਈ ਬੰਦਾ ਜੇ ਬਈ ਨਰਮੀ ਦੇ ਵਿੱਚ ਗੱਲ ਕਰਦਾ ਤੇ ਇਹ ਵੀ ਬੰਦਾ ਹੀ ਨਹੀਂ ਹੈ ਕੋਈ ਇਹ ਕੋਈ ਬੰਦਾ ਇਹਨੂੰ ਤਾਂ ਗੱਲੇ ਹੀ ਨਹੀਂ ਕਹੀ ਇਦਾਂ ਦੇ ਬੰਦੇ ਪਿਆਗੇ ਜਿਹੜੇ ਸਮਝਦੇ ਬਹੁਤ ਨਾਲ ਉਹ ਸਮਝਦੇ ਇਹ ਬੰਦਾ ਕੀ ਹੈ ਐਵੇਂ ਹੀ ਕਰੀ ਜਾਂਦਾ ਹਰੇਕ ਮੋੜੇ ਠੀਕ ਹੈ ਨਾ ਜਾਈਂ ਕਈ ਬੰਦਿਆਂ ਨੇ ਤਾਂ ਆਪਣੀ ਆਦਤਾਂ ਇਸ ਕਰਕੇ ਖਰਾਬ ਕੀਤੀਆਂ ਕਿ ਉਹਨਾਂ ਨਾਲ ਫਸ ਕੇ ਰਹਿਣਾ ਆ ਠੀਕ ਹੈ ਹਾਂ ਠੀਕ ਹੈ ਉਹ ਉਹ ਜਾਨੀ ਅੱਛਾ ਫਿਰ ਤੁਸੀਂ ਇੱਕ ਇੱਕ ਮਹੀਨੇ ਦਾ ਜ਼ਰੂਰ ਹੀ ਕਹੂੰਗਾ ਜਾ ਕੇ ਤੇ ਤੁਸੀਂ ਜਿਹੜੀ ਦੁਸ਼ਮਣੀ ਅੱਗੇ ਕੀਤੀ ਸੀ ਆਪਾਂ ਗੱਲ ਇੱਥੇ ਇਹਨੂੰ ਕਟਾਓ ਜ਼ਰੂਰ ਜ਼ਰੂਰ ਕਟਾਓ ਜਿਹੜੇ ਹੈਗੇ ਆ ਇਹ ਕੋਸ਼ਿਸ਼ ਕਰੋ ਪੇ ਜਾ ਕੇ ਜੇ ਕਿਸੇ ਦੇ ਨਾਲ ਮੈਲਗਲ ਹੈਗੀ ਵੀ ਆ ਉਹਦੇ ਨਾਲ ਕੋਸ਼ਿਸ਼ ਕਰਕੇ ਕਟਾਉਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਜਾ ਕੇ ਨਾ ਕਰੋ ਜਾ ਕੇ ਇਹ ਇਨਸਾਨ ਨਾ ਇਹ ਇਨਸਾਨ ਨੂੰ ਚੰਗਾ ਬੰਦ ਦਿੰਦੀ ਆ ਨਾ ਇਹ ਤੁਹਾਨੂੰ ਇਹ ਸੁખી ਰਹਿਣ ਦਿੰਦੀ ਆ ਜੇ ਤੁਸੀਂ 100 ਸਾਲ ਦੀ ਗੱਲ ਕਰਦੇ ਮੇਰੇ ਖਿਆਲ 100 ਸਾਲ ਨਾਲੋਂ ਹੁਣ ਦੁਸ਼ਮਣੀਆਂ ਮੈਲੋ ਡਾਊਨ ਹੋਈਆਂ ਹੋਈਆਂ ਮੈਲੋ ਡਾਊਨ ਹੋ ਨਾ ਕਟੀਆਂ ਜਾਂ ਜਾ ਕੇ ਹੋਰ ਕਟੀਆਂ ਜਾਂ ਜਾ ਕੇ ਉਹਦੇ ਹੋਰ ਰਾਹ ਲੋਕ ਬੰਦਿਆਂ ਨੇ ਹੋਰ ਕੱਢ ਲੈ ਜੀ ਇੱਕ ਇਹਦੇ ਵਿੱਚ ਆ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਇਹਦੇ ਵਿੱਚ ਮੈਨੂੰ ਲੱਗਦਾ ਜਿਵੇਂ ਸਾਰਿਆਂ ਜੋ ਖਰਾਬੀ ਕਰਾਦਾ ਜਿਹੜੀ ਨਫ਼ਰਤ ਹੈ ਨਾ ਜੀ ਹੇਟ੍ਰਡ ਜਿਹੜੀ ਹੈ ਇਹ ਬਹੁਤ ਖਰਾਬ ਕਰਦੀ ਹੈ ਜਾ ਕੇ ਹੇਟ੍ਰਡ ਦੂਜੇ ਪ੍ਰਤੀ ਹੋਣੀ ਆ ਉਹ ਉਹ ਕਿਉਂਕਿ ਤੁਹਾਨੂੰ ਉਹ ਬੰਦਾ ਪਸੰਦ ਨਹੀਂ ਹੈ ਠੀਕ ਹੈ ਨਾ ਔਰ ਜੇ ਤੁਸੀਂ ਐਨਾਲਿਸਿਸ ਕਰਨ ਲੱਗ ਪੋ ਜਾ ਕੇ ਵੀ ਕੋਸ਼ਿਸ਼ ਕਰੋ ਦੂਏ ਇਹਦੇ ਵਿੱਚ ਦੇਖਾਂ ਇਹ ਚ ਕੋਈ ਸਿਫਤ ਵੀ ਆ ਉਹ ਖਾਬ ਉਹਦੇ ਜਿਹੜਾ ਜਿੰਨਾ ਤੁਹਾਡੀ ਲੱਗਦੀ ਹੋਵੇ ਉਹਦੇ ਗੁਣ ਗੁਣ ਦੇਖਣੇ ਉਹ ਕਾ ਉਹ ਤੇ ਪਰ ਜੇ ਤੁਸੀਂ ਦੇਖਣ ਲੱਗ ਪਏ ਨਾ ਜੇ ਤੁਹਾਡੇ ਜਿੰਨੀ ਸ਼ਕਤੀ ਆ ਗਈ ਦੇਖਣ ਦੀ ਫਿਰ ਇੱਕ ਤਾਂ ਤੁਹਾਡੀ ਲਾਈਫ ਸੋਖੀ ਹੋ ਜਾਣੀ ਆ ਤੁਹਾਡੇ ਜੀ ਨਫਰਤ ਘਟ ਜਾਣੀ ਆ ਤੁਹਾਡੇ ਜਿਹੜੇ ਅਗੇ ਟੈਨਸ਼ਨ ਤੁਹਾਡੀ ਘਟ ਜਾਣੀ ਆ ਜਾ ਕੇ ਉਹ ਤੁਹਾਨੂੰ ਉਹ ਬੰਦਾ ਚੰਗਾ ਲੱਗਣ ਲੱਗਾ ਪੈਣਾ ਜਾ ਕੇ ਸੋ ਇਹ ਜਿਹੜੀਆਂ ਛੋਟ ਛੋਟੀਆਂ ਗੱਲਾਂ ਆ ਜਿਨ੍ਹਾਂ ਨੂੰ ਅਸੀਂ ਕਦੇ ਧਿਆਨ ਨਹੀਂ ਦਿੰਦੇ ਅਸੀਂ ਬੜੀਆਂ ਗੱਲਾਂ ਬਹੁਤ ਕਰਦੇ ਆ ਫਿਰ ਇਹ ਜਿਹੜਾ ਹੈਗਾ ਜਾ ਕੇ ਜੀ ਇਹ ਆਪਣੇ ਪ੍ਰਾਈਮ ਮਿਨਿਸਟਰ ਬਣ ਗਿਆ ਇਹ ਪਰਾਨਾ ਦੇਖੋ ਪ੍ਰਸੰਤਾ ਮੈਂ ਬਾਰ-ਬਾਰ ਫਿਰ ਉਹੀ ਗੱਲ ਕਰਦਾ ਜਾ ਕੇ ਪੇ ਨਾ ਕਿਸੇ ਨੂੰ ਆਪਣੇ ਆਪ ਨਾਲੋਂ ਬड़ा ਸਮਝੋ ਜੇ ਤੁਸੀਂ ਬड़ा ਸਮਝ ਲਿਆ ਫਿਰ ਤੁਸੀਂ ਛੋਟਾ ਵੀ ਸਮਝਣਾ ਕਿਸੇ ਨੂੰ ਬਿਲਕੁਕ ਠੀਕ ਹੈ ਨਾ ਜੀ ਇਹ ਜਿਹੜੇ ਦੇਖੋ ਸਾਰਿਆਂ ਦੇ ਵਿੱਚ ਸਾਰੀਆਂ ਇਨਸਟਿੰਕਟ ਆ ਸਾਰੇ ਇਮੋਸ਼ਨਸ ਆ ਸਾਰੀਆਂ ਨਫ਼ਰਤਾਂ ਆ ਸਾਰੇ ਹਸਦਿਆ ਸਾਰੇ ਇੱਕੋ ਜਿਹੇ ਹੀ ਆ ਸਾਰੇ ਕੋਈ ਕਿਸੇ ਤਰ੍ਹਾਂ ਕੱਢਦਾ ਕੋਈ ਕਿਸੇ ਤਰ੍ਹਾਂ ਕੱਢਦਾ ਸੋ ਇਨਸਾਨ ਨੂੰ ਇਨਸਾਨੀ ਤੌਰ ਤੇ ਬਰਾਬਰ ਇਕਤਾ ਸਮਝ ਲਓ ਜਾ ਕੇ ਜੀ ਇਹਦੇ ਇਹ ਬਹੁਤ ਜ਼ਰੂਰੀ ਆ ਪਰ ਫੇਰ ਗੱਲ ਉੱਥੇ ਆ ਜਾਂਦੀ ਹੈ ਜਾ ਕੇ ਪੇ ਤੁਸੀਂ ਠੀਕ ਹੈ ਉਹਨੇ ਅਨਲਾਈਜ਼ ਜ਼ਰੂਰ ਕਰਕੇ ਅਗੇ ਇੱਕ ਦਨ ਹੋਰ ਗੱਲ ਰਹਿਣਾ ਜਾ ਕੇ ਉਹ ਮੈਂ ਪੜੀ ਜਾ ਕੇ ਉਹ ਤੁਸੀਂ ਵੀ ਕਈ ਵਾਰ ਕਹਿ ਦਿੰਦੇ ਆ ਕਿ ਵਟ ਵਿਲ ਯੂ ਸੇ ਇਨ ਕਲੋਜ਼ਿੰਗ ਤੁਸੀਂ ਇਹ ਤਾਂ ਕਈ ਕਈ ਵਾਰ ਕਹਿੰਦੇ ਹੁੰਦੇ ਵਕੀਲ ਉਹ ਕਹਿੰਦੇ ਕਹਿੰਦੇ ਮਾਰਕਸ ਨੂੰ ਕਿਸੇ ਨੇ ਕਿਹਾ ਜਾ ਕੇ ਪੇ ਤੂੰ ਇਹ ਹੈ ਜੀ ਪੇ ਤੂੰ ਹੁਣ ਇਹ ਗੇਜ ਕੀ ਕਹਿਣਾ ਚਾਹੁੰਦਾ ਕਲੋਜ਼ਿੰਗ ਉਹ ਕਹਿੰਦਾ ਇਹ ਜਿਹੜੇ ਬੇਵਕੂਫਾਂ ساری ਉਮਰ ਕੋਈ ਚੰਗੀ ਗੱਲ ਕੀਤੀ ਨਹੀਂ ਉਹ ਹੁਣ ਤਾਂ ਚੰਗੀ ਕਰਨੀ ਚਾਹੁੰਦੇ ਆ ਜੇ ਤੂੰ ਸਾਰੀ ਨੂੰ ਕਹਿੰਦਾ ਚੰਗੀ ਗੱਲ ਕਰ ਰਿਹਾ ਤਾਂ ਇਹ ਤੂੰ ਵਿਚ ਕਾਦੀ ਹੋਗੀ ਜਾਂ ਕਲੋਜ਼ਿੰਗ ਕਾਦੀ ਹੋਗੀ ਕਹਿੰਦਾ ਜੋ ਮੈਨੂੰ ਅਕਲ ਸੀ ਮੈਂ ਕਹਿ ਤੀ ਸਾਰੀ ਨੂੰ ਮੇਰੇ ਘਰ ਹੁਣ ਮੈਂ ਕੀ ਕਰਾਂ ਪਰ ਐਨਲਾਈਜ਼ ਜ਼ਰੂਰ ਕਰਨਾ ਚਾਹੀਦਾ ਐਨਲਾਈਜ਼ ਜ਼ਰੂਰ ਕਰਨਾ ਚਾਹੀਦਾ ਜਿਵੇਂ ਕਿ ਇਹ ਜ਼ਰੂਰੀ ਮੈਂ ਦੇਖੋ ਕਈ ਵਾਰ ਕਿਹਾ ਵੀ ਜਿੱਦਾਂ ਪਾਠ ਕਰਨਾ ਜ਼ਰੂਰ ਕਰੋ ਪਰ ਇਹ ਜੇ ਪਾਠ ਨਾਲੋਂ ਵੱਧ ਨਾਲ ਸੀ ਪਾਠ ਜਿਹਾ ਜ਼ਰੂਰੀ ਆ ਜ਼ਰੂਰ ਰੋਜ਼ ਦੇਖੋ ਵੀ ਮੈਂ ਅੱਜ ਕਿਸੇ ਨੂੰ ਦੁਖੀ ਤਾਂ ਨਹੀਂ ਕੀਤਾ ਮੈਂ ਅੱਜ ਕਿਸੇ ਨੂੰ ਨੀਚਾ ਤਾਂ ਨਹੀਂ ਦਿਖਾ ਰਿਹਾ ਮੈਂ ਕਿਸੇ ਨੂੰ ਸ਼ਖਸ਼ ਸ਼ਬਦ ਤਾਂ ਨਹੀਂ ਕਹੇ ਮੈਂ ਕਿਸੇ ਨੂੰ ਐਪਰੀਸ਼ੀਏਟ ਕੀਤਾ ਜਾਂ ਕੇ ਕਿਸੇ ਦੇ ਗੁਣ ਦੇਖੇ ਜਾਂ ਕੇ ਕਿਸੇ ਦੇ ਉਪਕਾਰਾਂ ਨੂੰ ਮੈਂ ਨੋਟ ਕੀਤਾ ਔਰ ਫਿਰ ਮੈਂ ਕੀ ਉਹਨੂੰ ਕਿਹਾ ਵੀ ਤੈਂ ਮੇਰੇ ਤੇ ਛੋਟ ਛੋਟੀਆਂ ਗੱਲਾਂ ਆ ਇਹਦੇ ਨਾਲ ਬੰਦਾ ਇੰਪਰੂਵ ਹੁੰਦਾ ਇਹਨਾਂ ਬੰਦਾਂ ਪ੍ਰੂਫ ਹੁੰਦਾ ਔ ਜਦੋਂ ਪਰੂਵ ਪਰੂਵ ਹੁੰਦੇ ਆ ਤੁਹਾਡੇ ਰਿਲੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਖੂਬਸੂਰਤੀ ਵੀ ਆਊਗੀ ਔਰ ਰਿਲੇਸ਼ਨ ਦੇ ਨਾਲ ਤੁਹਾਡੇ ਵਿੱਚ ਮਠਾਸ ਵੀ ਆਊਗੀ ਫਿਰ ਸਭ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ